बंदे होर भी लैन नाल एक दो लाइव ते मैं सेटिंग करता पिया बंदे को इन्फॉर्मेशन ने लै जेड़े मतलब इन्फॉर्मेशन दवे आपां नूं जे लोग आउंदे पुछण काम दी बिजनेस दी। मैं रोटी खाना फिर मैं करदा गल इदां मैनूं रख लाइव ते उहना चिर बंदा कोई लैन नाल गलबात करन। बंदा यार कोई चला हाँ जी जनाब। यार। चलिए तू ही सुना दे स्टोरी अपनी सर्बिया वाली, थोड़ा थका हो गया तेना। हौली हौली सुनावांगे बाबा एकदम नहीं। बंदे डर जाना, ओ बंदे का डर जाना यार। जिहड़े बंदे लगते आ उहनां नूं वी पता लगे, उहनां ने वी जाना यार ते तो इनफॉर्मेशन लगा थोड़ी। बंदे मेरे नाल बाबा जा नहीं बड़े खनी उथे बल्ले छुपा के लियाने पैने सी उथों। नहीं बंदे नूं दस दिन तेरे पैसे किन्ने शो कोल करने पैंदे आ, कहने पैसे किन्ने शो करने पैंदे आ। ਅੱਲਾ 1000 ਲਈ ਤੇ ਕਸੂ ਕਰਨਾ ਪੈਂਦਾ ਬਾਬਾ ਇੱਕ ਬੰਦੇ ਨੂੰ। ਹੁਣ ਹੁਣ ਪੈਸੇ ਦਾ ਸ਼ੋਅ ਕਰਨ ਨਹੀਂ ਪੈਂਦੇ, ਫੇ ਐਂਟਰੀ ਮਿਲਦੀ ਆ ਉੱਥੇ, ਮੈਨੂੰ ਹਾਂ ਕੋਲ ਦਿਖਾਉਣਾ ਹੀ ਆ ਵੀ ਅਸੀਂ ਖਰਚ ਨਹੀਂ ਚੱਲੇ ਆ। ਜੇ ਪੈਸੇ ਨਹੀਂ ਸ਼ੋਅ ਕਰਨੇ ਤਾਂ ਫਿਰ ਆਦਾ ਮੈਡੀਕਲ ਦਾ ਲੈ ਕੇ ਜਾਓ ਉੱਥੇ ਆਪਣਾ ਜਿਹੜਾ ਮੈਡੀਕਲ ਕਹਿੰਦੇ ਨਾ ਵੀ ਮੈਂ ਆਪਣਾ ਟੂ ਲੈਟਰ ਦਾ ਆਪਣਾ ਮੈਡੀਕਲ ਚਾਹੀਦਾ ਕੁਛ ਇਦਾਂ ਦਾ ਕਹਿੰਦੇ ਨਹੀਂ ਜੇ ਮੈਡੀਕਲ ਵੀ ਬਹੁਤ ਇੰਸ਼ੋਰੈਂਸ ਡਰਾਮੇ ਪਹਿਲਾਂ ਹੋ ਹੋਰ ਹੀ ਨਹੀਂ ਬਹੁਤ ਨਾ, ਕਾਗਜ਼ ਪੱਤਰ ਮੰਗਦੇ ਆ, ਮੈਡੀਕਲ ਪੈਸੇ ਇੰਸ਼ੋਰੈਂਸ ਕਰ ਦਿਓ ਆਰਾਮ ਨਾਲ। ਟੂਰ ਜਿਹੜੀ ਆਪਣੀ ਟਰੈਵਲ ਇੰਸ਼ੋਰੈਂਸ ਆ ਉਹ ਚਾਹੀਦੀ ਆ। ਹਾਂ ਆਪਣਾ ਉਹ ਕਹਿੰਦੇ ਮੈਡੀਕਲ ਕਹਿੰਦੇ ਸਾਨੂੰ ਮੈਡੀਕਲ ਉਹ ਲੈ ਕੇ ਆਪਣਾ ਹਾਰਡ ਕਾਪੀ ਲੈ ਕੇ ਜਾਓ ਨਾ ਕਿ ਸੌਫਟ ਕਾਪੀ ਲੈ ਕੇ ਜਾਓ ਆਪਦੀ। ਉਹ ਹਾਰਡ ਕਾਪੀ ਮੰਨਦੇ ਆ ਕਿ ਉੱਥੇ ਜਾ ਕੇ ਕਹਿੰਦੇ ਹਾਰਡ ਕਾਪੀ ਦਿਓ ਦੋ ਤੋ ਗਏ ਮੇਰੇ ਇਹ ਕੋਲ ਫੋਨ ਤੇ ਪਤਾ ਹੱਥ ਲੱਗ ਲੱਗ ਜਾਣਾ ਵੀ ਕਹਿੰਦੇ ਤੈਨਾਂ ਸਰਬੀਆ ਗਿਆ ਸੀਗਾ। ਜਾ। ਲਾਸਟ ਟ੍ਰਿਪ ਆਪਣਾ ਲਾਸਟ ਜਿਹੜੀ ਉਹ ਸੀਗੀ ਉਹ ਸਰਬੀਆ ਹੀ ਸੀਗੀ ਬਸ। ਆਪ ਉਹਦੇ ਬਾਰੇ ਦੱਸ ਨਾ ਕੀ ਹੋਇਆ ਤੇਨਾ ਉੱਥੇ। ਉੱਥੇ ਆਪਾਂ ਦੱਸ ਤਾਂ ਦਿੱਤਾ ਹੋਇਆ ਆਪਣਾ ਸਭ ਨੂੰ ਵੀ ਕੀ ਬਣਿਆ ਉੱਥੇ ਪੈਸਾ ਕੀ ਸ਼ੋਰਟ ਕਰ ਕਰਾਈ ਯਾਰ ਰਹੇ ਉਹਨਾਂ ਨੇ, ਹੈ ਤੂੰ ਸ਼ੋਰਟਕਟ ਦੱਸਤਾ। ਸ਼ਾਰਟਕੱਟ ਚਲਾਉਣਾ ਉਹੀ ਆ ਨਾ ਆਪਣਾ ਕੀ ਕਹਿੰਦੇ ਹੁੰਦੇ ਹੈਗੇ ਉੱਥੇ ਆਪਣਾ ਉਹ ਆਪਣਾ ਜਿਹੜਾ ਡਾ ਆਪਣਾ ਕਹਿੰਦੇ ਨਾ ਪੇਪਰ ਮੈਡੀਕਲ ਦੇ ਨਾਂ ਤੇ ਉਹ ਕਰ ਗਏ ਹੈਗੇ ਉੱਥੇ ਕਹਿੰਦੇ ਵੀ ਮੈਡੀਕਲ ਆਪਣਾ ਦਊ ਸਾਨੂੰ ਮੈਡੀਕਲ। ਹੁਣ ਮੈਂ ਕਿਹਾ ਵੀ ਚਲੋ ਮੈਂ ਹਾਂ ਆਪਣਾ ਸ਼ਾਰਟ ਕਾਪੀ ਦੇ ਦਿੰਦਾਗਾ। ਜਦੋਂ ਸ਼ਾਰਟ ਕਾਪੀ ਦੀ ਗੱਲ ਕੀਤੀ ਉਹ ਕਹਿੰਦੇ ਵੀ ਨਹੀਂ ਸਾਨੂੰ ਹਾਰਡ ਕਾਪੀ ਚਾਹੀਦੀ ਆਪਣਾ ਵੀ ਸਾਨੂੰ ਪੇਪਰ ਚਾਹੀਦਾਗਾ। ਮੈਂ ਕਿਹਾ ਪੇਪਰ ਤਾਂ ਹੁਣ ਮੌਕੇ ਤੇ ਹੈ ਨਹੀਂ ਗਾ। ਫਿਰ ਉਹ ਕਹਿੰਦੇ ਵੀ ਐਂ ਕਰਕੇ ਕੈਸ਼ ਸ਼ੋਅ ਕਰੋ ਆਪਦਾ। ਮੈਂ ਕੈਸ਼ ਤਾਂ ਮੈਂ ਜਿਹੜਾ ਵੀ ਆਹੀ ਆ ਵੀ ਜਿਹੜਾ ਸਾਡੇ ਕੋਲ ਹੈਗਾ ਗਾ। ਮੈਂ ਕਿਹਾ ਬਾਕੀ ਸਾਡਾ ਕਾਰਡ ਆ ਸਾਡੇ ਕੋਲੇ ਮੈਂ ਕਿਹਾ ਵੀ ਇਹ ਚੱਲਦਾ ਉੱਥੇ। ਤੇ ਉਹ ਕਹਿੰਦੇ ਉਹ ਫਿਰ ਅੰਦਰ ਲੈ ਗਏ ਉੱਥੇ ਆਪਣੇ ਉਹ ਮੈਡਮ ਆਪਣਾ ਜਨਾਨੀ ਸੀ ਆਪਣਾ ਲੇਡੀ ਸੀਗੀ ਆਪਣਾ ਜੋ ਵੀ ਸੀਗੀ ਆਪਣਾ ਇਮੀਗ੍ਰੇਸ਼ਨ ਵਾਲੇ ਉਹ ਅੰਦਰ ਲੈ ਗਏ ਆਪਣਾ ਇੱਕ ਆਇਆ ਆਫੀਸਰ ਆਪਣਾ ਉਹਨਾਂ ਦਾ ਜਿਹੜਾ ਸੀਗਾ ਆਪਣਾ ਬੰਦਾ ਜਿਹੜਾ ਸੀਗਾ ਉਹਨੇ ਆ ਕੇ ਥੋੜ੍ਹੀ ਬਹੁਤ ਆਪਣਾ ਉਹ ਕੀਤੀ ਆਪਦੀ ਜੋ ਵੀ ਤਲਾਸ਼ੀ ਆਪਣਾ ਕਰ ਲਿਆ ਚੈਕਿੰਗ ਕਰਨ ਲੱਗ ਗਿਆ। ਚੈਕਿੰਗ ਕਰਦੇ ਕਰਦੇ ਉਹ ਚੈਕਿੰਗ ਕਾਹਦੀ ਸੀਗੀ ਉਹ ਕੁਛ ਵੀ ਨਹੀਂ ਕੀਤਾ। ਤੇ ਉਹਨੇ ਸਿੱਧਾ ਮੇਰੇ ਆਪਣਾ ਜਿਹੜਾ ਕੈਰੀ ਬੈਗ ਹੁੰਦਾ ਆਪਣਾ ਜਿਹੜਾ ਕੈਰੀ ਬੈਗ ਹੁੰਦਾ ਉਹਨੂੰ ਹੀ ਆਪਣਾ ਮੁੜ ਕੇ ਚੈੱਕ ਕੀਤਾ ਕਹਿੰਦਾ ਆਹੀ ਕੁਛ ਆ। ਮੈਂ ਕਿਹਾ ਵੀ ਇਹੀ ਹੈਗਾ। ਤੇ ਉਹ ਜੋ ਆਪਣਾ ਕਹਿੰਦੇ ਵੀ ਇਹਨੂੰ ਬਾਹਰ ਕੱਢ ਦੇ ਕਹਿੰਦਾ ਕੈਸ਼ ਨੂੰ। ਮੈਂ ਕੈਸ਼ ਕੱਢਿਆ ਬਾਹਰ ਉਹ ਜਿਹੜੀ ਲੇਡੀ ਖੜੀ ਸੀਗੀ ਉਹ ਜਿਹੜੀ ਉਹਨਾਂ ਦੀ ਆਫਸਰ ਜਨਾਨੀ ਉਹਨੇ ਫੜਿਆ ਆਪਣਾ ਹੱਥ ਜੋ ਆਪਣਾ ਖਿੱਚਿਆ ਕੈਸ਼ ਪਾ ਕੇ ਜੇਬ ਚ ਕਹਿੰਦੀ ਵੀ ਐਂ ਕਰਕੇ ਚੱਲੋ ਕਹੀ ਤੁਹਾਡੀ ਸਟੈਂਪ ਹੋ ਕੇ ਕਹੀ ਜਾਓ। ਦੂਜੀ ਗੱਲ ਇਹ ਗੱਲ ਦੱਸ ਨਾ ਆਪਣੀ ਡਿਟੇਲ ਦੇ ਵਿੱਚ ਵੀ ਉਦੋਂ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਜਿੰਨੇ ਪੈਸੇ ਸੀ ਖੋਲੇ। ਉਹੀ ਕਹਿੰਦੇ ਨਾ ਵੀ ਜਿੰਨਾ ਕੈਸ਼ ਸੀਗਾ ਵੀ ਉਹਨੇ ਹੱਥ 'ਚ ਆਪਣੇ ਉਹਨੇ ਖੋ ਲਿਆ ਵੀ ਸਾਰੀਆਂ ਜਾਣ ਉਹ ਵਾਲੇ ਗਿਣ ਕੇ ਫਿਰ ਗਿਣ ਉਹ ਗਿਆ ਪਤਾ ਵੀ ਕੀ ਹੋਰ ਸੀਗਾ ਉੱਥੇ ਪੈਸੇ ਜਿੰਨੇ ਗਿਣ ਕੇ ਇੱਕ ਜਾਓ। ਇੱਕ ਮਿੰਟ ਦੀ ਖਾਤਰ ਤਾਂ ਹੁਣ ਮੈਂ ਤਾਂ ਆਪਣਾ ਆਪਣਾ ਜਦੋਂ ਉਹ ਭਾਸ਼ਾ 'ਚ ਗੱਲ ਕਰਦੇ ਸੀਗੇ ਮੈਂ ਨਹੀਂ ਥੋੜ੍ਹਾ ਪੈਸੇ ਸਮਝਿਆ ਸ਼ੋਅ ਮੈਂ ਤਾਂ ਕਰਨੇ ਚੁੱਪ ਪੈਂਦੇ ਕਰ ਨੇ ਗਿਆ ਵੱਧ ਹੁਣ ਤੋਂ ਵੱਧ ਲੈ ਕੇ ਜਾਓ, ਦੋ 3000 ਰੁਪਇਆ ਕੈਸ਼ ਲੈ ਕੇ ਵੱਧ ਜਾਓ ਤੋਂ ਨਾਲ। ਜੀ ਦਿਨ ਨੇ ਵੀ ਸਰਬੀਆ ਜਾਣਾ ਹੁਣ ਆਪਣੇ ਨਾਲ ਲਿਮਟ ਦੇ ਪੈਸੇ ਲੈ ਕੇ ਜਾਓ, ਫਿਰ ਲਿਮਟ ਜੇ ਉਹਦੇ ਬਾਈ ਆਪਣਾ ਬਾਕੀ ਪਤਾ ਪੈਸੇ ਕੀ ਹੈ ਸਾਰੇ ਲਿਮਟ ਕਾਰਡ ਦੇ ਤੇ ਨੇ ਆਪਣਾ ਅਗਲੇ ਕਾਰਡ ਤੇ ਹੈਗਾ ਜਿਹੜਾ ਟੈਕਸੀ ਦਾ ਆਪਣਾ ਜਿਹੜਾ ਟੈਕਸੀ ਦਾ ਖਰਚਾ ਹੈਗਾ ਬਸ ਉਹੀ ਟੈਕਸੀ ਦਾ ਖਰਚਾ ਲੈ ਕੇ ਜਾਓ। ਉਹ ਵੀ ਉਹਨਾਂ ਨੂੰ ਸਿੱਧਾ ਜਾ ਕੇ ਦੱਸੋ ਵੀ ਅਸੀਂ ਟੈਕਸੀ ਦਾ ਖਰਚਾ ਦਿੱਤਾ ਨਹੀਂ ਹੈਗਾ ਅਜੇ ਹਾਂਜੀ ਇਹ ਟੈਕਸੀ ਦਾ ਖਰਚਾ ਦੇਣਾਗਾ ਜੋ ਵੀ 60 ਯੂਰੋ ਬਣਦਾ 70 ਯੂਰੋ ਬਣਦਾ 50 ਯੂਰੋ ਬਣਦਾ ਜੋ ਵੀ ਉਹਨਾਂ ਨੇ ਆਪਣਾ ਤੁਹਾਡੇ ਆਪਣਾ ਜੋ ਵੀ ਗੱਲ ਕੀਤੀ ਉਹ ਹਿਸਾਬ ਨਾਲ ਲੈ ਕੇ ਜਾਓ। ਤੇ ਮੁੜ ਕੇ ਆਪਣਾ ਉੱਥੇ ਇਮੀਗ੍ਰੇਸ਼ਨ ਤੰਗ ਕਰਦੀ ਹੈਗੀ ਕਿਉਂਕਿ ਇਧਰੋਂ ਰਮਾਨੀ ਵਾਲੇ ਆਪਣਾ ਉਹ ਸਟੈਂਪ ਕਰ ਦਿਓ ਕਿਉਂਕਿ ਰਮਾਨੀ ਵਾਲਾ ਬੜਾ ਉਹਨਾਂ ਨੇ ਤਾਂ ਬੜਾ ਉਹ ਕੀਤਾ ਆਪਣਾ ਕਰਕੇ ਉਹ ਕੀਤਾ ਕਹਿੰਦਾ ਵੀ ਤੁਸੀਂ ਜਾਓ ਕੋਈ ਚੱਕਰ ਨਹੀਂ ਕਹਿੰਦਾ ਕਰੋ ਉਹ ਅੱਗੇ ਜਾ ਕੇ ਉਹਨੇ ਆਪਣਾ ਨਾ ਪੇਪਰ ਦੇ ਬਹਾਨੇ ਉਹ ਪਾਣੀ ਉਹਨੇ ਰੱਪੜ ਜਿਹਾ ਡਾਲਿਆ ਪੇਪਰ ਤੇ ਦਾ ਮੇਰੀ ਜਿਹੜਾ ਗੱਲ ਮੈਡੀ ਸੁਣ, ਤੂੰ ਉਹਨੇ ਮੈਡੀਕਲ ਸਾਰੇ ਪੇਪਰ ਲੋਕਾਂ ਕਹਿ ਦਿੱਤੇ। ਨੂੰ ਤੂੰ ਇਨਫੋਰਮੇਸ਼ਨ ਦੇਈ ਹੈ ਨਾ ਸਹੀ ਤੇ ਮੈਨੂੰ ਤੂੰ ਗਲਤ ਦੇ ਦਿੱਤੀ, ਮੈਨੂੰ ਤੂੰ ਹਾਂਜੀ ਕਹਿ ਤਾ ਵੀ ਪੈਸੇ ਲੈ ਕੇ ਜਾਈ ਉੱਥੇ
₹3,000 ਸ਼ੋਅ ਕਰਾਉਂਦੇ ਆ ਫਿਰ ਉਹ ਉਹ ਤਾਂ ਤੇ ਫਿਰ ਹੁਣ ਐਂਟਰੀ। ਲੈ ਕੇ ਜਾਣਾ ਬਣਦਾ ਨਾ। ਫਿਰ ਮੈਂ ਕਿਹਾ ਵੀ ਆਪਣਾ ਜਿਹਨੇ ਹੱਥ ਆਪਣਾ ਤੇ ਮੇਰੇ ਜਿਹਨੂੰ ਖੁਦ ਦੇ ਹੱਥ ਦਿੱਤੀ ਜਿਹਨੂੰ ਨਾ ਜਿਹੜਾ ਫਸਟ, ਮੈਂ ਤਿੰਨ ਇੰਚੀ ਜਿਹਨੂੰ ਲੈ ਕੇ ਜਾਊਗਾ ਕਿਉਂਕਿ ਜਿਹਨੂੰ ਸਾਰੇ ਫਸਟ ਇੱਥੇ ਦਊਗਾ ਪੈਸੇ। ਜਿਹਨੂੰ ਫਸਟ ਐਂਟਰੀ ਚਾਹੀਦੀ ਉਹ ਕੈਸ਼ ਲੈ ਕੇ ਜਾਓ, ਕੈਸ਼ ਸ਼ੋਅ ਕਰੋ ਉੱਥੇ ਜਾ ਕੇ ਵੀ ਸਾਡੇ ਕੋਲ ਇੰਨਾ ਕੈਸ਼ ਆ। ਇਹ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਕੈਸ਼ ਤੂੰ ਜਿੰਨਾ ਵੱਧ ਲੈ ਕੇ ਜਾਏਗਾ ਉਨੀਆਂ ਸਟੈਂਪ ਵਧੀਆ ਗੂੜੀ ਕਰਕੇ ਲਾਉਂਦੇ। ਤੇ ਮੈਂ ਤੇ ਇਦਾਂ ਕਰੀ ਫਿਰ ਪੈ ਸਾਰੇ ਕਢਾ ਲਏ ਮੈਂ ਜਿੰਨੇ, ਮੈਂ ਕਿਹਾ ਜਾਣਾ ਰਾਤਾ ਸੀ ਮੇਰਾ ਤੇ ਮੈਂ ਕਿਹਾ ਸਾਰਾ ਕੈਸ਼ ਕਢਾ ਕੇ ਲੈ ਜਾਣਾ। ਉਸ ਟਾਈਮ ਪੱਕੀ ਲਾ ਦੇਣੀ ਸੀ ਉਹਨਾਂ ਨੇ ਉਹੀ ਗਿਆ ਨਾ ਉੱਪਰ 3 ਸਾਲ ਲਾ ਕੇ ਤਿੰਨ ਕਰ ਗਿਆ ਦਾ। ਬਾਅਦ ਜ਼ਿੰਦਗੀ 'ਚ ਸਰਬੀਆ ਨਹੀਂ ਜਾਣਾ ਹੁਣ ਆਪਾਂ। ਯਾਰ ਮੁੰਡਾ ਮੇਰਾ ਸੱਚੀ ਇਹਨਾਂ ਅੱਧਾ ਹੋਇਆ ਸਰਬੀਆ ਉੱਥੇ ਗਿਆ ਭਰਾ, ਤੇ ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਜਿੰਨੇ ਪੈਸੇ ਸੀ ਉਹ ਖੋਲੇ। ਪਰ ਇੱਕ ਗੱਲ ਆ ਬਾਬਾ, ਜਿੱਥੇ ਆਪਣਾ ਆਪਾਂ ਜਿਹੜੇ ਅਪਾਰਟਮੈਂਟ 'ਚ ਰੁਕੇ ਆ ਨਾ, ਪਰ ਉੱਥੇ ਉਹ ਬੰਦੇ ਦਾ ਦਿਲ ਬੜਾ ਚੰਗਾ ਉਹ ਸੀਗਾ ਯਾਰ, ਉਹ ਬੰਦੇ ਦਾ ਖੁੱਲਾ ਦਿਲ ਬੁੱਢੇ ਦਾ। ਉਹ ਲਿਜਾਣ ਸਾਰ ਹੀ ਨਾ ਸਾਨੂੰ ਅਪਾਰਟਮੈਂਟ ਦਿੱਤਾ। ਅਪਾਰਟਮੈਂਟ ਵੀ ਮੈਂ ਕਹਿੰਦਾ ਯਾਰ ਵੀ ਆਸੇ ਪਾਸੇ ਮੈਂ ਪਹਿਲਾਂ ਕਦੇ ਦੇਖਿਆ ਨਹੀਂ ਸੀਗਾ ਉਹ ਅਪਾਰਟਮੈਂਟ ਜਿਹੜਾ ਉਹਨੇ ਸਾਨੂੰ ਦਿੱਤਾ। ਬਸ ਉਹਨੇ ਸਾਰਾ ਕੁਛ ਓਪਨ ਹੀ ਕਰਦਾ, ਕਹਿੰਦਾ ਸਾਰਾ ਕੁਛ ਤੁਹਾਡਾ ਹੀ ਹੈ, ਕਹਿੰਦਾ ਇਹ ਜੋ ਮਰਜ਼ੀ ਖਾਓ ਪੀਓ, ਕਹਿੰਦਾ ਤੁਹਾਨੂੰ ਲਿਆਉਣ ਦੀ ਲੋੜ ਨਹੀਂ ਹੈਗੀ ਕੁਛ ਵੀ। ਕਹਿੰਦਾ ਭਰਿਆ ਪਿਆ ਸੀ ਦਾਰੂ ਨਾਲ, ਮੀਟ, ਮੁਰਗਾ, ਮਸਾਲੇ, ਤੇਲ, ਸਾਰਾ ਕੁਛ ਫੁੱਲ ਪਿਆ ਸੀ। ਉਹ ਕਹਿੰਦਾ ਤੁਹਾਡਾ ਹੀ ਆ, ਸੱਠ ਯੂਰੋ, ਆਪਣਾ 65 ਯੂਰੋ ਲਏ ਸੀ ਉਹਨੇ ਅਪਾਰਟਮੈਂਟ ਦੇ। ਭਾਬੀ ਜੀ ਰੋਜ਼ ਭੇਜੋ, ਰੋਜ਼ ਸੈਂਡ ਕਰੋ ਇੱਥੇ ਜੱਸੀ ਨੂੰ। 65 ਯੂਰੋ ਦਾ ਅਪਾਰਟਮੈਂਟ ਸੀਗਾ, ਉਹਨੇ ਸਾਰਾ ਕੁਛ ਹੀ ਆਪਣਾ ਉਹ ਕਰਤਾ, ਕਹਿੰਦਾ ਵੀ ਤੁਹਾਡਾ ਹੀ ਆ ਇਹ, ਕਹਿੰਦਾ ਬਾਹਰੋਂ ਲਿਆਉਣ ਦੀ ਕੋਈ ਲੋੜ ਨਹੀਂ, ਇਕੱਲੀ ਬਾਹਰੋਂ ਨਹੀਂ। ਹੁਣ ਵੀ ਲੈ ਕੇ ਆਏ ਤੁਸੀਂ ਸੁਖ ਚੈਨ ਜੀ, ਜਿਹੜੇ ਆਉਣ ਵਾਲੇ ਲੋਕ ਸਾਡੇ ਜਿਹੜੇ ਆ ਉਹ ਜਿਨ੍ਹਾਂ ਨੇ ਸਰਬੀਆ ਟਰੈਵਲ ਕਰਨਾ ਆਪਣੀ ਟਰੈਵਲ ਹਿਸਟਰੀ ਬਣਾਉਣ ਵਾਸਤੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਆਪਣੇ ਵਿਚਾਰ ਰੱਖੋ। ਬਸ ਇਹੀ ਹੈਗਾ ਮੇਰੇ ਆਪਣਾ, ਜੋ ਵੀ ਆਪਣਾ ਮੈਡੀਕਲ ਜਿਹੜਾ ਹੁਣ ਮੌਕੇ ਤੇ ਹੋਈ ਹੈ ਵੀ ਮੈਡੀਕਲ ਆਪਣਾ ਪੇਪਰ ਹੈਗਾ, ਚੰਗੀ ਆ ਮੇਰੀ ਉਹ ਕਰਵਾ ਕੇ ਜਾਓ, ਨਹੀਂ ਤਾਂ ਉੱਥੇ ਉਹਨਾਂ ਨੇ ਜਿੰਨੇ ਪੈਸੇ ਤੁਹਾਡੇ ਕੋਲ ਹੋਣੇ ਆ ਉਹ ਰੱਖ ਲੈਣਾ। ਉਹ ਖੋਲ ਲੈਣੇ ਆ, ਉਹ ਖੋਲ ਲੈਣੇ ਹੈਗੇ ਵੀ ਕੈਸ਼ ਆਪਦਾ ਜਿਹੜਾ ਇਕੱਲਾ ਟੈਕਸੀ ਦਾ, ਟੈਕਸੀ ਪਹਿਲੀ ਤਾਂ ਟੈਕਸੀ ਦਾ ਪੇ ਕਰਕੇ ਜਾਓ, ਉਹ ਜਦੋਂ ਆਪਣਾ ਚਾ ਟੈਕਸੀ ਦੇ ਵਿੱਚ ਬੈਠ ਗਏ ਉਹਨੂੰ ਟੈਕਸੀ ਵਾਲੇ ਨੂੰ ਦੇ ਦਿਓ ਪੈਸੇ ਪਹਿਲਾਂ ਹੀ, ਉੱਥੇ ਜਾ ਕੇ ਕੈਸ਼ ਪੈਸੇ ਹੈਗੇ ਆ ਉਹਨਾਂ ਨੂੰ। ਬਸ ਏਦਾਂ ਤਾਂ ਹੋਈ ਆ ਕਿਉਂਕਿ ਪਹਿਲਾਂ ਜਦੋਂ ਵੀਜ਼ਾ ਔਨ ਅਰਾਈਵਲ ਸੀ ਉਦੋਂ ਸਖਤਾਈ ਘੱਟ ਸੀ ਕਿਉਂਕਿ ਉਦੋਂ ਵੈਲਿਊ ਸੀ ਇੰਡੀਅਨ ਪਾਸਪੋਰਟ ਦੀ ਦੇਖ ਕੇ ਨਿਕਾਲਣ ਦੀ। ਹੁਣ ਉਦੋਂ ਦਾ ਔਨ ਅਰਾਈਵਲ ਐਂਟਰੀ ਬੰਦ ਹੋਈ ਆ ਤੇ ਇਹਨਾਂ ਨੇ ਥੋੜਾ ਜਿਹਾ ਚੇਂਜ ਕੀਤੇ ਆ, ਤੇ ਜਿਹੜੀ ਆ ਇੰਸ਼ੋਰੈਂਸ ਇਹਨਾਂ ਨੇ ਮੈਨੂੰ ਲੱਗਦਾ ਕਿ ਕੰਪਲਸਰੀ ਕਰਤੀ ਜਿਹੜੇ ਥਰਡ ਕੰਟਰੀ ਚੋਂ ਬੰਦੇ ਆਉਂਦੇ ਆ। ਕਿਹੜਾ ਮਹਿੰਗੀ ਆ ਯਾਰ, ਇੰਸ਼ੋਰੈਂਸ ਬਹੁਤ ਸਸਤੀ ਆ ਉੱਥੇ ਦੀ ਸਰਬੀਆ ਦੀ ਇੰਸ਼ੋਰੈਂਸ। ਉਹ ਤਾਂ ਚੱਲ ਠੀਕ ਆ ਬਾਬਾ, ਜਾਣਾ ਹਫਤੇ ਦੀ 30 ਲਈ ਦੀ ਆ ਇੰਸ਼ੋਰੈਂਸ, 30 ਲਈ ਦੀ ਆ। ਉਹ ਮੌਕੇ ਤੇ ਪਤਾ ਨਹੀਂ, ਉਹਨੂੰ ਮੈਂ ਕਿਹਾ ਸੀਗਾ ਇਹੀ ਗੱਲ ਕਹੀ, ਮੈਂ ਕਿਹਾ ਤੁਹਾਨੂੰ ਇੰਸ਼ੋਰੈਂਸ ਜੋ ਵੀ ਚਾਹੀਦਾ ਮੈਨੂੰ ਦੱਸ ਦਿਓ, ਮੈਂ ਕਿਹਾ ਮੈਂ ਤੁਹਾਨੂੰ ਆਪਣਾ ਹੁਣੇ ਹੀ ਆਪਣਾ ਕਰਵਾ ਦਿੰਦਾ ਗਾ। ਉਹ ਕਹਿੰਦੀ ਵੀ ਸਾਨੂੰ ਸੌਫਟ ਕਾਪੀ ਚਾਹੀਦੀ ਨਹੀਂ ਹੈਗੀ, ਕਹਿੰਦੀ ਸਾਨੂੰ ਹਾਰਡ ਕਾਪੀ ਪੇਪਰ ਦੇ ਕੇ। ਮੈਂ ਕਿਹਾ ਪੇਪਰ ਹੈ ਨਹੀਂ ਮੇਰੇ ਕੋਲ। ਤੇ ਜਦੋਂ ਉਹਨਾਂ ਨੇ ਗੱਲ ਕੀਤੀ, ਜਦੋਂ ਨਾ ਉਹਨਾਂ ਨੇ ਥੋੜੀ ਗੱਲ ਕੀਤੀ ਤੇ ਉਦੋਂ ਥੋੜਾ ਮੈਨੂੰ ਸਮਝ ਤਾਂ ਲੱਗ ਗਿਆ, ਮੈਂ ਕਿਹਾ ਵੀ ਕੇਸ ਤਾਂ ਇਹੋ ਜਿਹਾ ਬਣ ਗਿਆ ਵੀ ਗੱਲ ਆਹ ਬਣ ਗਈ। ਮੈਂ ਫਿਰ ਉਦੋਂ ਗੂੰਗਾ ਹੀ ਹੋ ਗਿਆ, ਮੈਂ ਕਿਹਾ ਮੈਨੂੰ ਤਾਂ ਕੁਛ ਵੀ ਨਹੀਂ ਸਮਝ ਲੱਗਦਾ। ਉਦੋਂ ਫਿਰ ਜਿਹੜਾ ਨਾਲ ਸੀਗਾ ਬਾਜੋ ਉਹ ਬੋਲ ਪਿਆ, ਉਹਨੇ ਬਾਹ ਫੜ ਕੇ ਸਾਨੂੰ ਗੱਡੀ ਚ ਬਿਠਾਤਾ। ਚੰਨਿਆ ਹੈਲੋ, ਹਾਂ ਹਾਂ ਵੀਰੇ ਆਪਣਾ ਫਿਨੋ, ਮਤਲਬ ਇਹਨਾਂ ਦਾ ਧੱਕਾ ਹੋ ਗਿਆ। ਹਾਂ ਕਿੱਦਾਂ ਭਲਾ, ਮੈਂ ਕਿਹਾ ਠੀਕ ਠਾਕ। ਉਹ ਮੌਕੇ ਤੇ ਫਿਰ ਥੋੜਾ ਜਿਹਾ ਧੱਕਾ ਹੋ ਗਿਆ, ਚਲੋ ਕੋਈ ਗੱਲ ਨੀ, ਬਦਾਮ ਖਾ ਕੇ ਨੀ ਆਉਂਦੀ, ਧੱਕੇ ਖਾ ਕੇ ਆਉਂਦੀ ਹੈਗੀ। ਤੁਸੀਂ ਲੋਕਾਂ ਨੂੰ ਸਾਰਾ ਆਪਣਾ ਐਕਸਪੀਰੀਅੰਸ ਦਿਓ ਕਿ ਜਿਹੜੇ ਇੱਥੇ ਭਾਜੀ ਸੁਣਦੇ ਆ, ਜਿਹੜੇ ਲੋਕ ਬਾਕੀ ਉਹਨਾਂ ਨੇ ਜਿਹਨਾਂ ਨੇ ਟਰੈਵਲ ਹਿਸਟਰੀ ਬਣਾਉਣੀ ਆ, ਸ਼ੈਲਗਨ ਵੀਜ਼ੇ ਲੈਣੇ, ਕਿ ਤੁਸੀਂ ਕਿੱਥੇ ਕਿੱਥੇ ਟਰੈਵਲ ਕੀਤਾ। ਜਸ ਜੀ ਇਹਨਾਂ ਨੂੰ ਕਹੋ ਆਪਣਾ ਪੂਰਾ ਟਰੈਵਲ ਪਲਾਨ ਦਿਓ ਕਿ ਤੁਸੀਂ ਪਹਿਲਾਂ ਕਿੱਥੇ ਕਿੱਥੇ ਟਰੈਵਲ ਕੀਤਾ, ਕਿੱਦਾਂ ਕਿੱਦਾਂ, ਜਿਹੜੇ ਲੋਕ ਬਾਕੀ ਵੀ ਟਰੈਵਲ ਹਿਸਟਰੀ ਬਣਾਉਣ ਤੇ ਫਿਰ ਵਧੀਆ ਸ਼ੈਲਗਨ ਵੀਜ਼ੇ ਮਿਲ ਜਾਣਗੇ। ਵੀ ਕਿੱਥੇ ਕਿੱਥੇ ਤੁਸੀਂ ਟਰੈਵਲ ਕਰ ਰਹੇ ਹੋ ਸੁਖਸੈਨ ਜੀ? ਆਈਓ ਮੇਰਾ ਮਾਲਕਾ ਇੰਨਾ ਨਾ ਹੋ ਮਿੱਠਾ ਫੋਨ, ਦੱਸ ਵੇ ਕਿੱਥੇ ਕਿੱਥੇ ਗਿਆ ਪਹਿਲਾਂ? ਆਪਣਾ ਤੈਨੂੰ ਪਤਾ ਹੀ ਹੈ, 3 ਵਾਰੀ ਬਲਗਾਰੀਆ ਜਾ, ਆਪਣਾ 1 ਕ੍ਰੀਸ਼ੀਆ, ਪਿੱਛੇ ਹੁਣ ਸਾਈਪ੍ਰੈਸ ਜਾ ਕੇ, ਉਦੋਂ ਬਾਅਦ ਚ ਆਪਣਾ ਸਰਬੀਆ ਗਿਆ ਮੈਂ, ਪਿੱਛੇ ਛੁੱਟ ਗਿਆ। ਰੂਸੀਆ ਦੀ ਐਂਟਰੀ ਕਿਦਾਂ ਰਿਲੀਜ਼ ਸਾਈਪ੍ਰੈਸ ਨੂੰ? ਓ ਹੈਲੋ, ਉਹ ਚੰਨੇ ਕੰਗ੍ਰੈਚੁਲੇਸ਼ਨ, ਉਹ ਵੀ ਦੱਸ। ਹੈਲੋ, ਉਹ ਚੰਨੇ, ਹਾਂ ਫਿਨੇ, ਹਾਂ ਫਿਨੂ ਪਹਿਲਾਂ ਤੂੰ ਦੱਸ ਬਰੇ। ਹਾਂ ਉਹ ਮੇਰਾ ਵੀ ਲਵਾਰੇ ਸਾਰਾ ਬਲਗਾਰੀਆ ਦਾ। ਓਏ ਮੇਰੇ ਮਾਂ, ਤੂੰ ਇੱਥੇ ਬਹਿ ਕੇ ਹੁਣ ਪੁਰਤਗਾਲ ਬਹਿ ਕੇ ਕਹੀ ਜਾਣਾ ਮੈਨੂੰ ਬਲਗਾਰੀਆ ਲੈ ਆਓ।
नहीं यार मैं भी घूमन फिरन जाना है, मैं भी देखना देश यार किदा गाइड दा वधिया चन्ने नूं लै जाओ नाल। चने नूं नहीं, चने नूं लैके आऊंगा कोई नहीं, है जसी भाई नहीं चलो कोई चक्कर चने नहीं, ने मैं तेनूं कहना ले आओ, आना। हुण नहीं कोई चक्कर हैगा। बिल्ला बिल्ले की हाला वीरे, होर जसी भाई किदा अपने काम कार किदा चली जांदा वधिया? काम कार बढ़िया भरा, तुसीं सुनाओ किदा, तू दस पुर्तगाल मेरा किदा वीर घूम रहे अपना, हैं? फिरने तू दस चलो वधिया ठीक। तेरा काम किवें चलदा गा? सत श्रीकाल भाई, की काम हाल कर बस चाल? चली जाता अपना, टाइम पास बस कर ही जाता। सत श्रीकाल सत बाबा, श्रीकाल बिल्ले जी, कीवें, सत की श्रीकाल हाल जी, चाल? बढ़िया चल बढ़िया की बिल्ले, हाल ठंड, बाकड़ की हाल बाकड़ वीरे? बिल्ला खाजूगा जासी यार, ये जदों ऑस्ट्रिया दे, नहीं ये खाऊंगा। ऑस्ट्रिया वाले भी इंटरव्यू करते हैं ना जदों आपां जाने हां, है हाँ ना? क्योंकि मैं जदों उतरिया तो मैनू सीगा कि इन्होंने कुछ पिछले होटल बुकिंग मैं कैंसल करती सीगी, पहली बार जदों ते कोई बंदा जाता है शंकर अपने एरिया के बिच, तो उदो करते आ होटल बुकिंग का पूछ लेंगे। जो तो मैं पहली बार गया सीगा, मेरे तो भी उन्होंने हाँ होटल बुकिंग का पूछ लिया सी, तो तू रहना कितने है, तो होटल बुकिंग करके जाना। मैनू मैं यही मैनू गल, इस चीज का साई प्रेस यही गल मैथों पूछी सी उन्होंने। वो कहते भी अपना, कहते भी साई बाबा तू आया इतने भी किमें है? मैं भी मेरे को छुट्टियां सी, मैं क्रिसमस दे अपना इतने आया है भी अपना छुट्टियां सी मैंने क्रिसमस दियाँ। कहता ठीक है, वो कहता ओके, कहता भी रहेगा कितने? मैं कहा मेरे भी अपना अपार्टमेंट मेरे को बुकिंग आ गई भी सारा। वो कहता अपार्टमेंट का, कहता मैंने अपना एड्रेस दे दे। जब उन्होंने मैं अपार्टमेंट का एड्रेस देने लगा, उन्हें कुदरती चलो अपना उन्हें मेरा पासपोर्ट खोलिया, अच्छा पासपोर्ट से जो स्टैंप लगी हुआ देखिए उन्हें। कहता तू पहला भी विजिट करदा, कहता तू जाना गा कंट्री? मैं भी हाँ मैं जाना गा। उन्हें अपना टूरिस्ट उन्हें स्टैंप चक्की, उन्हें स्टैंप मारती, कहता भी जा, कहता जाएगा। तू एंजॉय कर, कहता मैं अपना, कहता तेरा मेरा एड्रेस आ गया, कहता मैं तेरा ले लिया गा जिथे भी तू जाना गा। ते कहता भी तू जा, जो तोरन लगे उन्हें मेरा पासपोर्ट फोन लगे, कहता बलदराज कितने है? फिर उन्हें मैंने एक वो फट लिया, कहता बलदराज कितने तेरे नाल जो अपना बाज अपना बदरा, मैं बलराज वो सामने हैगा। हुण यही गल कही मैनू, कहता भी बलराज नू नाल लेके जाई अपने, नाल लेके जाई, कहता इहनू वापस भी लेके जाएगी। मैनूं तो उन्हें दो दो तीन गल्लां पुछियां जस। बस होर मैं कुछ नहीं जदों कहा उन्हें। उत्थे गया ना, ते इक उन्हां पुछिया कहिंदा वी कहिंदा की करना आ, वाई? मैं कहा टूरिज्म परपस। कहिंदा किन्ना टाइम? मैं कहा 2 वीक। मेरे मुंहों 2 वीक ही निकल गया, होर मेरे को शब्द ही नहीं जाया, कि क्योंकि मैं ये नहीं चाहता सोच के जवाब देवा। मैं 2 वीक कहता और रब वालों मेरा वीजा 2 वीक का ही, मैं वेख्या भी नहीं किन्ना किन्ना नहीं किन्ना। ते कहिंदा कितने रहना? कहते वे जूस्टे। मैं कहा होटल बुकिंग? कहिंदा केड़ा? तो मैं होटल बुकिंग मैं कैसा करता? मैं नाम याद है सी एच। मैं जो मैं इन्हें कहना दिखाना दिखा, मैं सी एच होटल, उन्हें स्टैंप लाई कटता। मैं जे कि कहना पेपर दिखा, मैं तो रहे नहीं सी। उन्हें तो पेपर का प्रिंट आउट कट के लेजी था होंगे, या उसे कहना उन्होंने ऑनलाइन चेक करना? नहीं मेरा तो अपना पेपर मेरे को सही है, पर मेरा उन्हें फोन ची देखा, मैं फोन देता अपना मोदो दिखाया ਯਾਰ। ਤੇ ਬੰਦਾ ਇੱਥੇ ਦੇ ਕਰਦਾ ਜਦੋਂ ਵੀਜ਼ਾ ਲਗਾਉਣਾ ਹੁੰਦਾ ਉਦੋਂ ਵਧੀਆ ਜੇ ਹੋਟਲ ਦੀ ਹੋਟਲ ਬੁਕਿੰਗ ਹੁੰਦਾ ਆ, ਜਦੋਂ ਟਰੈਵਲ ਕਰਨੀ ਹੁੰਦੀ ਉਦੋਂ ਦੇਖਣਾ ਵੀ ਸਸਤਾ ਕਿਹੜਾ ਆ। ਦਾ ਯਾਰ ਬਾਬਾ 100 ਯੂਰੋ ਸਸਤਾ ਹੁੰਦਾ ਸੀ, ਸਾਡੇ ਭਾਰਤ ਤਾਂ ਬਹੁਤ ਮਹਿੰਗਾ। ਪਰ ਬਾਬੇ ਵਿਆਨਾ ਦਾ ਜਸ ਏਅਰਪੋਰਟ ਵੇ ਦੇਖਣ ਵਾਲਾ ਬਾਈ, ਬੜਾ ਤਗੜਾ ਹੈ ਏਅਰਪੋਰਟ ਵਿਆਨਾ ਦਾ। ਇੱਕ ਮੈਂ ਹੋਰ ਦੱਸ ਦਾਂਗਾ, ਜਦੋਂ ਅਜੇ ਸਾਈਪ੍ਰਸ ਇਟਲੀ ਵਾਲਾ ਏਅਰਪੋਰਟ ਬਾਬਾ, ਛੋਟਾ ਵਾ ਸਾਈਪ੍ਰਸ ਆਪਣਾ ਉਹ ਇੱਕ ਹੋਰ ਵੀ ਇਮੀਗ੍ਰੇਸ਼ਨ ਤੇ ਮੈਂ ਪਹਿਲਾਂ ਆਪਣਾ ਇਹਨੂੰ ਵੀ ਦੱਸ ਕੇ ਹਟਿਆਗਾ, ਕਿਉਂਕਿ ਸਾਈਪ੍ਰਸ ਜਦੋਂ ਆਪਾਂ ਜਾਂਦੇ ਆ ਨਾ ਉੱਥੇ ਜਾਣ ਸਾਰੀ ਆਪਣਾ ਨਾ ਉਹ ਮਸ਼ੀਨਾਂ ਲੱਗੀਆਂ ਹੋਈਆਂ ਹੈਗੀਆਂ ਉੱਥੇ, ਉੱਥੇ ਜਾ ਕੇ ਆਪਣਾ ਪਾਸਪੋਰਟ ਤੇ ਆਪਣਾ ਆਈਡੀ ਸਕੈਨ ਕਰ ਲਓ ਆਪ ਹੀ, ਉਹ ਆਪਣਾ ਕਾਊਂਟਰ ਕਾਊਂਟਰ ਤੇ ਜਾਣ ਦੀ ਲੋੜ ਨਹੀਂ ਹੈਗੀ, ਕਿ ਆਪ ਹੀ ਆਪਣਾ ਪਾਸਪੋਰਟ ਤੇ ਆਈਡੀ ਸਕੈਨ ਕਰ ਲਓ, ਉਹਦੇ ਵਿੱਚ ਉਹ ਪਰਚੇ ਜਿਹੜੀ ਚਿੱਟ ਨਿਕਲੂਗੀ ਪਰਚੀ ਨਿਕਲੂਗੀ ਉਹ ਲੈ ਕੇ ਨਾ ਕਾਊਂਟਰ ਤੇ ਜਾ ਵੜੋ, ਉਹ ਸਵਾਲ ਜਵਾਬ ਘੱਟ ਜਾਂਦੇ ਉਹਦੇ ਨਾਲ ਉਹਦੇ ਨਾਲ ਇਹ ਬਾਜ ਆਪਣਾ ਬਾਜ ਬਾਜ ਨੇ ਉੱਥੇ ਉੱਥੇ ਕਰਵਾ ਲਈ ਮਸ਼ੀਨ ਤੇ, ਮੈਂ ਡਾਇਰੈਕਟ ਜਾ ਵੜਾ ਜੀ ਕੁਦਰਤੀ। ਉਹਨਾਂ ਨੂੰ ਪਤਾ ਹੈ ਨਾ ਵੀ ਬੰਦੇ ਨੂੰ ਨੌਲੇਜ ਹੈਗੀ ਆ ਆਉਣ ਜਾਣ ਦੀ, ਉਹੀ ਕਹਿੰਦਾ ਉੱਥੇ ਆਪਣਾ ਆਪਣਾ ਕਰਵਾਊਗਾ ਦੀ ਪਰਚੀ ਨਿਕਲ ਜਾਊ ਉੱਥੇ ਆਪਣੇ ਜਾ ਕੇ, ਥੋੜਾ ਜਿਹਾ ਫਰਕ ਪੈ ਜਾਂਦਾ ਉਹਦੇ ਨਾਲ। ਪਤਾ ਨਹੀਂ ਹੈਗਾ ਉਹ ਗਵਾਚਿਆ ਵਾਂਗੂ ਘੁੰਮਦਾ, ਵੀ ਉਹ ਬਾਜ ਮਾਰ ਲੈਂਦੇ ਵੀ ਇਹਨੂੰ ਪਤਾ ਨਹੀਂ ਹੈਗਾ। ਇੱਕ ਬੰਦਾ ਹੁੰਦਾ ਜਿਹਨੂੰ ਪਤਾ ਆ ਸਾਰਾ, ਉਹਦੇ ਨਾਲ ਇਹ ਚੱਕਰ ਪੈ ਜਾਊ, ਕਿਉਂਕਿ ਜਿਹੜਾ ਉਹ ਉਹਨਾਂ ਨੇ ਉੱਥੇ ਚੈੱਕ ਕਰਨਾ ਤਾਂ ਖੜੇ ਪੈਰ ਚੈੱਕ ਕਰਨਾ, ਨਾਲੇ ਉਹ ਸਵਾਲ ਕਰਦੇ ਹੈਗੇ ਇਹਦੇ ਨਾਲ, ਉਹ ਐਂ ਹੁੰਦਾ ਵੀ ਉਹ ਪਹਿਲਾਂ ਹੀ ਚੈੱਕ ਹੋਇਆ ਆਪਣਾ ਸਕੈ ਆਪਣਾ ਸਾਰਾ ਪਾਸਪੋਰਟ ਓਕੇ ਹੋ, ਆਪਣਾ ਜਿਹੜੀ ਪਰਚੀ ਨਿਕਲਿਆ ਹੁੰਦੀ ਆ ਉਹਦੇ ਨਾਲ ਪਹਿਲਾਂ ਹੀ ਪਤਾ ਲੱਗ ਗਿਆ ਵੀ ਹਾਂ ਓਕੇ ਹੈ ਇਹਦਾ, ਉਹ ਮਾੜਾ ਮੋਟਾ ਇਹ ਕਰਕੇ ਫਿਰ ਤੋੜ ਦਿੰਦੇ ਹੈਗੇ, ਕਹਿੰਦੇ ਜਾ।
ਸਟੈਂਪ ਲਾਓ ਫਿਰ ਉਹ ਸਿੱਧੀ ਡਾਇਰੈਕਟ ਸਟੈਂਪ ਹੀ ਦੇਵਾ ਮਾ ਕਰਦੇ ਆਗੇ ਉਹ ਜਦੋਂ ਆਪਣਾ ਰਿਕਾਰਡ ਓਕੇ ਹੋਵੇ। ਚਲੋ ਬਿੱਲੇ ਭਾਈ ਹੁਣਾਂ ਨੂੰ ਵੀ ਹੋ ਗਏ ਹੁਣੇ, ਹੁਣ 10 ਮਹੀਨੇ 10-11 ਹੋ ਗਏ ਭਾਜੀ ਮਹੀਨੇ ਤੁਹਾਨੂੰ? ਮੈਨੂੰ ਹੋ ਹੀ ਗਏ 8-10 ਮਹੀਨੇ ਹੋ ਗਏ। ਹੋਰ ਬਸ ਤੁਹਾਡਾ ਵੀ ਪਲਾਨ ਬਣਦਾ ਹੀ ਹੋਣਾ, ਹੁਣ ਘੁੰਮਣ ਫਿਰਨ ਦਾ ਤਾਂ ਲੱਗੇ ਪਿੱਲਾ ਸਮੁੰਦਰ ਕੰਢੇ ਆ। ਪਾਸਪੋਰਟ ਆਈਡੀ ਨਹੀਂ ਦਿੰਦਾ ਇਹ ਕਿਸਤਾਨ ਤਾਂ, ਇਹਨੂੰ ਮੈਂ ਕਿਹਾ ਨਾ ਮੈਂ ਤੂੰ ਲੰਘ ਜਾ ਕੇਰਾ ਬਲਗਾਰੀਆ ਬਲੂਰੀਆ ਉੱਥੇ ਜਾ ਕੇ ਮਾੜਾ ਮੋਟਾ ਘੁੰਮ ਫੇਰਾ, ਬਿੱਲਾ ਮੰਨਦਾ ਨਹੀਂ। ਮੰਨਾਂਗੇ ਯਾਰ, ਪਾਸਪੋਰਟ ਤੇ ਉਹਦੇ ਕੋਲ ਆ, ਆਈਡੀ ਵੀ ਉਹਦੇ ਕੋਲ ਆ, ਤੇ ਮੈਂ ਕਦੇ ਨਾ ਚੱਲ ਜਾਵਾਂ। ਇਹਨਾਂ ਯਾਰ ਪਾਸਪੋਰਟ ਤੇ ਆਈਡੀ ਰੱਖੇ ਬਿਠੇ ਬਾਬਾ ਯਾਰ, ਇਹਨਾਂ ਦਾ ਆਪਣਾ ਉਹ ਮਾਲਕ ਘੁੰਮਣ ਜਾਣਾ ਕਿਤੇ ਨਾਲ ਦੀ ਕੰਟਰੀ ਚ, ਮੇਰੇ ਉੱਥੇ ਇੰਡੀਆ ਤੋਂ ਸਮਾਨ ਮੈਡੀਸਨ ਆਇਆ ਮਟੀਰੀਅਲ ਆਇਆ ਵਾ ਬਲਗਾਰੀਆ, ਤੇ ਮੈਂ 2 ਦਿਨ ਵਾਸਤੇ ਘੁੰਮਣ ਜਾਣਾ, ਮੈਨੂੰ ਪਾਸਪੋਰਟ ਤੋਂ ਮੈਡੀਸਨ ਲੈ ਕੇ ਆਉਣੀ ਹੈ ਆਪਣੀ ਮੈਂ। ਸਹੀ ਗੱਲ ਆ, ਹੁਣ ਦੇਖੋ ਕੀ ਕਰਦੇ ਆ ਬੰਦੇ ਸਾਡੇ ਨੂੰ ਮੰਗਿਆ ਇੱਕ ਨੇ ਪਾਸਪੋਰਟ ਅੱਗੇ ਹੀ, ਕੀ ਕਹਿੰਦਾ ਕਿੱਥੋਂ ਬੋਲਦਾ ਕੱਲ ਪਤਾ ਲੱਗਣਾ। ਚਾਇਨਾ ਮੈਨੂੰ ਲੱਗਦਾ ਵਟਸਐਪ ਖੋਲ ਕੇ ਬੈਠਾ। ਉਹ ਨਹੀਂ ਮੈਂ ਪਤੰਦਰਾ ਉਹ ਮੈਂ ਸੁਣੀ ਜਾਂਦਾ ਗਾ, ਵਟਸਐਪ ਕਾਹਨੂੰ ਖੋਲਣਾ ਮੈਂ, ਮੈਸੇਜ ਕਿਹਨੂੰ ਆਈ ਜਾਂਦੇ ਉੱਪਰ ਚੈੱਕ ਕਰੋ। ਮੈਸੇਜ ਨਹੀਂ ਮੈਨੂੰ ਨਹੀਂ ਆਉਂਦੇ, ਦੇਖਾਂ ਚੈੱਕ ਕਰ। ਉਹ ਨਹੀਂ ਜੇ ਮੈਸੇਜ ਆਇਆ ਹੁੰਦਾ ਮੈਂ ਆਪਣਾ, ਮੈਨੂੰ ਕਾਹਦੇ ਵਾਸਤੇ ਮੈਸੇਜ ਆਉਣੇ ਆ ਇਸ ਟਾਈਮ ਤੋਂ, ਮੈਨੂੰ ਨਹੀਂ ਬੁਲਾਉਂਦਾ ਉਹ, ਇਸ ਟਾਈਮ ਤਾਂ ਮੈਨੂੰ ਕੋਈ ਨਹੀਂ ਬੁਲਾਉਂਦਾ, ਮੈਸੇਜ ਕਾਹਦੇ ਹੁਣ। ਮੈਂ ਅੱਜ ਕੱਲ ਬਰਾਚੋ ਦਾ ਸਟਾਰ ਆ, ਬਹੁਤ ਤਗੜਾ ਹੁਣ ਚੰਨਾ, ਚੰਨੇ ਨੂੰ ਆਪਾਂ ਟੌਪ ਸਟਾਰ ਬਣਾਵਾਂਗੇ, ਦੇਖੋ ਦੇਖ ਕੀ ਕਰਦੇ ਇਹਦੇ ਨਾਲ। ਅਜੇ ਤੈਨੂੰ ਤੁਰਨਾ ਸਿਖਾਇਆ ਚੰਨੇ ਨੂੰ, ਇਹ ਦੌੜਨਾ ਇਹਨੇ ਭੱਜੂਗਾ, ਮਿਲਖਾ ਸਿੰਘ ਬਣਾਉਣਾ ਇਹਨੂੰ। ਹੁਣ ਦੇਖ ਤੇਰੇ ਵਾਸਤੇ ਬਿੱਲੇ, ਤੇਰੇ ਪਾਪਾ ਤੇਰੇ ਵਾਸਤੇ ਆਪਸ਼ਨ ਵੀ ਆ ਗਈ, ਉਹ ਕਹਿੰਦਾ ਮੈਂ ਬਲਗਾਰੀਆ ਹੈ ਜਦੋਂ ਮਰਜ਼ੀ ਆ ਜਾ। ਠੀਕ ਆ ਬਾਈ, ਠੀਕ ਆ, ਹੁਣ ਤੇਰੀ ਕਾ ਆਪਣਾ ਤੇਰੀ ਘਾਟ ਆ ਗਈ। ਇੰਗਲਿਸ਼ ਵਿੱਚ ਆ ਕੇ ਲੈ ਜਾਓ, ਸ਼ਾਇਦ ਇਹਨੂੰ ਪਾਸਪੋਰਟ ਦੇ ਦੇਣ, ਤੇਰੇ ਮੈਸੇਜ ਸੁਣ ਕੇ ਵੀ ਭਾਈ ਆ ਜਾ ਲੈ ਜਾ, ਤੇ ਬਲਗਾਰੀ ਆ ਕੁਛ ਵੀ ਕਰਦਾ ਇਹਨਾਂ, ਗੱਲ ਕਰ ਲਈ ਬਾਈ ਤੇਰੀ ਹੈਲਪ ਹੋ ਜੂਗੀ, ਤੈਨੂੰ ਪਾਸਪੋਰਟ ਮਿਲ ਜੂਗਾ। ਭਾਜੀ ਫੈਮਿਲੀ ਬੇਜਾ ਕਿਸ ਤਰ੍ਹਾਂ ਮਿਲਦਾ ਬਾਈ, ਬਾਬਾ ਜਾ ਆਪਣੇ ਜਸ ਭਾ ਨੂੰ ਪੁੱਛ, ਜਾ ਇਹਨੂੰ ਰਮਨ ਆਪਣਾ ਰਮਨ ਨੂੰ ਪੁੱਛ ਵੀਰੇ। ਨਿਕਲਦਿਆਂ ਟਾਈਮ ਲੱਗ ਜਾਂਦਾ, ਇੱਥੇ 3 ਮਹੀਨੇ ਤਾਂ ਨਿਕਲਦਿਆਂ ਨੂੰ ਲੱਗ ਜਾਂਦੇ ਆ, 6 ਮਹੀਨੇ ਹੋ ਜਾਂਦੇ ਬੰਦੇ ਦੇ, 6 ਮਹੀਨੇ ਬਾਅਦ ਤੇ ਜਦੋਂ ਆਈਡੀ ਅਪਲਾਈ ਕਰਨੀ ਆ ਤੇ 6 ਮਹੀਨੇ ਦੇ ਗਾਹ ਹੋਰ ਪੈਸੇ ਸ਼ੋ ਕਰਨੇ। ਜਸਪਾ ਜੀ ਕਿੱਦਾਂ, ਠੀਕ ਹੋ? ਵਧੀਆ ਜੀ, ਤੁਸੀਂ ਦੱਸੋ ਜੀ? ਵਧੀਆ ਵਧੀਆ। ਹੋਰ ਪਾਜੀ ਸਭ ਖੈਰ ਖਰੀਅਤ ਆ? ਸਾਰਿਆਂ ਪੰਜਾਬੀਆਂ ਪਾਇਆਂ ਨੂੰ ਮੇਰੀ ਤਰਫੋਂ ਸਲਾਮ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਲਾਮ ਸਲਾਮ ਵੀਰੇ। ਪਾਜੀ ਪਾਕਿਸਤਾਨ ਪੰਜਾਬ ਤੋਂ ਆਪਣਾ ਕੋਈ ਬੰਦਾ ਯਾਰ ਦੁਬਈ ਚ ਬੈਠਾ, ਕਹਿੰਦਾ 13 ਸਾਲ ਹੋ ਗਏ ਕੰਪਨੀ ਚ, ਮੈਨੂੰ ਕੋਕੋ ਕੋਲਾ ਕੰਪਨੀ ਚ, ਕਹਿੰਦਾ ਯੂਰਪ ਦਾ, ਕਹਿੰਦਾ ਮੈਨੂੰ ਗਾਈਡ ਕਰੋ। ਚਲੇ ਗਏ ਸਾਂ, ਵਾਪਸ ਆ ਗਏ ਸਾਂ ਯਾਸ਼। ਉਹ ਇੱਕ ਮਸਲਾ ਜਿਹਾ ਬਣਿਆ ਸੀ, ਤੁਹਾਡੇ ਉਹਦੇ ਨਾਲ ਕੰਟੈਕਟ ਕੀਤਾ ਸੀ, ਉਹ ਮਸਲਾ ਸਾਡਾ ਸਹੀ ਹੋ ਗਿਆ ਸੀ, ਹੱਲ ਹੋ ਗਿਆ ਸੀ, ਤਾਂ ਕੰਪਨੀ ਜਿਹੜਾ ਨਹੀਂ ਉਹ ਫਿਰ ਕੰਮ ਕਰਦੇ ਹਾਂ ਫਿਲਹਾਲ ਅਸੀਂ ਕੰਪਨੀ ਚ। ਸਹੀ ਆ ਭਾਈ, ਟੇਕੇ ਕੰਮ ਕਰੋ, ਇੱਥੇ ਹੋਰ ਕੋਈ ਚੱਕਰ ਨਹੀਂ ਹੈਗਾ, ਨਹੀਂ ਤਾਂ ਸ਼ਨਗਨ ਦੀ ਵੇਟ ਕਰੋ,
और 4 महीने 5 महीने तक आऊगा ही। कंपनियां छड़न वाला काम औखा, नहीं छड़न वाला औखा जी, आ दुबई वाले छड़न वाला काम बहुत औखा। तेनू वर्क परमिट पाना पैना, पिछले इलाके बंदा छड़ता लेता कंपनी का, फिर काम नहीं जाता है, पेपर नहीं पड़ते। दुबई तो भी हो जाता, रोमानिया का, इंडिया तो भी हो जाता। अगर नहीं तुसी थोड़ी ट्रैवल हिस्ट्री बना लो, दो चार कंट्री घूम के शेंगन वीजा अपलाई कर लो, जापान जपून के वीजे बहुत तो मिलते हैं, तो उधर कोई रेफरेंस है जापान के जापान का वीजा दुबई तो ईजी मिल जाता, उधर निकल जाओ। भाजी जापान का वीजे का की सीन है रोमानिया तो? मेरे वो तो मैं एक दिन मेल कर बैठा जापान वाले, मैं कि मैं जापान जाना है, दसो मैं की रिक्वायरमेंट हैगी है। ते उन्होंने कहा 30 ली फीस, तू इंडिया तो तेरे 30 ली फीस लगनी है, रिक्वायरमेंट कुछ भी नहीं सी, कोई एनओसी नहीं चाहिए, कुछ नहीं, होटल बुकिंग करवाओ, टिकटा करवाओ, वीजा जरा लग जाता। जो 10 बजे जाते हैं तो सेम डे तुम वीजा ला के दे देंगे, जो ताकि 12 अपॉइंटमेंट है तुम अगले दिन वीजा ला के दे देना। ठीक है, मतलब वीजा रिजेक्ट होने की कोई वजह नहीं होती, वीजा लग जाता है। पाजी ए विजिट वीजा या वर्क उथ काम करना हो तो फिर की सीन होता? 3 महीने का वीजा है ये, 3 महीने का। अच्छा, 3 महीने का वीजा है। जापान के विच जे तुम कोई कंपनी काम दीदी है तो तुसी उठे जाके पे कर सकते, चेंज करवा सकते। नहीं जा सकते जापान दा नंबर है, असाइलम में है, बहुत ही असाइलम है मेरा काम करता है, उठे जो तुम कितने लगा सकता है। सही हो गया। ते पाजी ए वास जेड़ा तुसा एक फॉर्म, एक वीडियो ते तुसा फॉर्म देता ही हो, फॉर्म फिल करना है, उस तो बाद तुसा और केड़ा केड़ा डॉक्यूमेंट्स? वो जेड़ा फॉर्म ओदे विच सिर्फ तुहाडे पासपोर्ट दी डिटेल हुंदी है, तुहाडा नाम हो गया, डेट ऑफ बर्थ हो गया, कदों तुसी जाना, बस बेसिक जियां इन्फॉर्मेशन हुंदा, कुछ ज्यादा नहीं लिखना हुंदा ओदे विच। ठीक है। अच्छा, ओ फॉर्म फिल करके ते तुसा अपॉइंटमेंट लेनी है? हाँ जी, अपॉइंटमेंट भी जिदा तुसी अज उन्होंने मेल की, मेल से भी तुसी अपॉइंटमेंट बुक कर सकते हैं, फोन से भी कर सकते हैं। जापान वैसे जी इन्ना ज्यादा रश नहीं है, अच्छा तुसी नेक्स्ट डे या दो दिन 3 दिन बाद ही अपॉइंटमेंट जड़ी ले सकते हैं। सही हो गया। ठीक हो गया। साडे पाकिस्तानी पासपोर्ट उत्ते ते फीस भी नहीं है, जापान बारे जापान विच ही आ, कम से कम 6 साल तो जापान ना मेरी गल हुई सी, कहिंदी सी अगर कोई फैमिली नाल अप्लाई करदा जापान दा वीजा ते दोवें हसबेंड वाइफ आउंदे आ, उन्होंने कहती मतलब कि जो बाकी बंदे उन्होंने वर्क परमिट जो मिलता लेट कम से कम 8 महीने तक मिलता वा असाइलम लैन तो बाद, जे हसबेंड वाइफ आ उन्होंने भी 1 मंथ के कहते भी वर्क परमिट काम करने की परमिशन दे देंगे आ, सैलरी उत्थे बहुत आ, सैलरी किसी की भी 1-1.5 लाख तो घट नहीं हैगी, कंट्री च 0 करप्शन आ, ਕੋਈ ਸ਼ੈਨਗਨ ਦੀ ਅਪਡੇਟ ਹੋਵੇ ਜਾਂ ਸ਼ੈਨਗਨ ਵੀਜ਼ੇ ਕਿਵੇਂ ਅਪਲਾਈ ਕਰਨਾ ਬਾਬਾ ਇਹਦੇ ਵੀ ਨਹੀਂ ਦੇਖ ਲਾ ਮੁੰਡਾ ਕਰਨਾ ਹੋ ਤਾਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੀ ਅਪਲਾਈ ਕਰਾਂਗੇ। ਅੱਛਾ ਸਪਾਜੀ ਤੁਸੀਂ ਵੀ ਅਪਲਾਈ ਆ ਕਰ ਤੁਹਾਡੇ ਥਰੂ ਕਰਾਉਣਾ ਹੋਵੇ ਤੁਸੀਂ ਵੀ ਕੋਈ ਇਸ ਬਾਰੇ ਵਿੱਚ ਕੋਈ ਹੈ ਤੁਹਾਡੇ ਕੋਲ ਵੀ ਇੰਸਟਾ ਤੇ ਕੰਮ ਕਰਨਾ ਭਰਾ ਹੈ ਅਸੀਂ ਤਾਂ ਜਾਂਸੀ ਖੋਲਣ ਨੂੰ ਫਿਰਦੇ ਆ ਸਾਨੂੰ ਦਫ਼ਤਰ ਹੀ ਨਹੀਂ ਮਿਲਣ ਦਿਆ ਲੋਕੇਸ਼ਨ ਵਧੀਆ ਨਹੀਂ ਮਜ਼ਾਕ ਨਹੀਂ ਸਰ ਅਸੀਂ ਲੋਕੇਸ਼ਨ ਵਧੀਆ ਦੇਖਦੇ ਹਾਂ ਕਿ ਸਾਰਿਆਂ ਨੂੰ 4 ਸਪੇਰੇ ਈਜ਼ੀ ਹੋਵੇ ਰਮਾਨੀਆ ਬੁਕਾਰੈਸਟ ਵਾਲਿਆਂ ਨੂੰ ਬ੍ਰਸ਼ ਵਾਲੇ ਮਤਲਬ ਇੱਕ ਸੈਂਟਰ ਜੇ ਲੋਕੇਸ਼ਨ ਦੇਖਾਂਗੇ ਅਸੀਂ ਭਾਜੀ ਕੋਈ ਮੈਕਸੀਕੋ ਦੀ ਗੇਮ ਹੈ ਤੇ ਦੱਸੋ ਤੁਹਾਡੀ ਭੈਣ ਨੂੰ ਮੈਕਸੀਕੋ ਦਾ ਜੇ ਤੈਨੂੰ 2 ਸਾਲ ਹੋ ਗਏ ਯਾਰ ਰਮਾਨੀਆ 'ਚ ਰਹਿੰਦੇ ਨੂੰ 1 ਘੰਟੇ 'ਚ ਵੀਜ਼ਾ ਮਿਲ ਜਾਂਦਾ ਡਿਪੈਂਡ ਕਰਦਾ ਤੇਰੀ ਕੰਪਨੀ ਤੈਨੂੰ ਪਰਮਿਸ਼ਨ ਦਿੰਦੀ ਹੈ ਜਾਂ ਨਹੀਂ ਐਨਓਸੀ ਜ਼ਰੂਰੀ ਹੈ अच्छा एनओसी जरूरी है ਉਹਦੇ ਵਾਸਤੇ ਠੀਕ ਹੋ ਗਿਆ ਹੈ ਘੰਟਾ ਇੱਕ ਲੱਗਦਾ ਉੱਥੇ ਅਪਾਇੰਟਮੈਂਟ ਪਰ ਮਹੀਨੇ ਦੀਆਂ 2 ਜਾਂ 3 ਅਪਾਇੰਟਮੈਂਟਾਂ ਤੋਂ ਵੱਧ ਅਪਾਇੰਟਮੈਂਟ ਨਹੀਂ ਹੈਗੀ
ਉਹਨਾਂ ਨੇ ਪੂਰਾ ਸਿਸਟਮ ਮੈਕਸੀਕੋ ਵਾਲਿਆਂ ਨੇ ਚੇਂਜ ਕਰ ਦਿੱਤਾ ਆ। ਹੁਣ ਤੁਹਾਨੂੰ ਪਹਿਲਾਂ ਆਈਡੀ ਬਣਾਉਣੀ ਪੈਂਦੀ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ। ਅੱਛਾ, ਹਾਂਜੀ, ਜੇ ਤੂੰ ਉਹਨਾਂ ਬਾਬੇ ਦੀ ਜੇ ਕੋਈ ਮੈਕਸੀਕੋ ਜਾਣਾ ਤੂੰ ਸ਼ੈਨਗਨ ਦਾ ਵੀਜ਼ਾ ਲੈ ਕੇ ਨਿਕਲ ਜਾ, ਤੂੰ ਇੰਨੇ ਪੰਗੇ ਕਾਹਤੋਂ ਲੈਣੇ। ਮੈਕਸੀਕੋ ਜਾਣ ਲਈ ਮਲਟੀ ਐਂਟਰੀ ਚਾਹੀਦਾ ਆ ਵੀਜ਼ਾ, ਸਿੰਗਲ ਐਂਟਰੀ ਤੇ ਮੈਕਸੀਕੋ ਐਂਟਰੀ ਨਹੀਂ ਹੈਗੀ। ਯੂਕੇ ਦਾ ਵੀਜ਼ਾ ਜੇ ਅੱਛਾ, ਤਾਂ ਤੂੰ ਜੇ ਉਹਦੇ ਤੇ ਮੈਕਸੀਕੋ ਐਂਟਰੀ ਆ, ਸ਼ੈਨਗਨ ਦਾ ਸਿੰਗਲ ਵੀਜ਼ਾ ਤੇ ਐਂਟਰੀ ਨਹੀਂ ਹੈਗੀ। ਠੀਕ ਆ। ਅੱਛਾ, ਓਹੋ, ਲੰਬਾ ਚੌੜਾ ਕੰਮ ਆ। ਕੋਈ ਜੇ ਤਾਂ ਬੜਾ ਤੂੰ ਲੰਬਾ ਤਿੰਨ ਨਹੀਂ। ਬੰਦੇ ਹੋ ਗਏ ਫਿਰ ਤੁਹਾਨੂੰ ਚੌਥਾ ਵੀਜ਼ਾ ਮਲਟੀ ਮਿਲਣਾ। ਠੀਕ ਹੋ ਗਿਆ। ਵਧੀਆ ਗੱਲ ਭਾਜੀ, ਵਧੀਆ ਲੱਗਾ ਗੱਲ ਕਰਕੇ। ਬੈਠਾ ਰਹੇ ਬਾਬਾ, ਤੂੰ ਸੁਣੀ ਚੱਲ। ਮੈਂ ਕਿਹਾ, ਮੈਂ ਬੈਠਾ ਸੁਣਦਾ ਪਿਆ ਜਸ ਚੰਨ ਵੀਰੇ, ਸਹੀ ਮੈਂ ਕਹਿਣਾ, ਤੈਨੂੰ ਦੇਖਿਆ, ਮੈਂ ਕਿਹਾ ਬੈਠਾ ਹੈ ਕਿਤੇ ਚੰਨ, ਮੈਂ ਕਿਹਾ ਪਿੱਛੇ ਜਾਣਾ। ਪਿੱਛੇ ਜਾਣਾ। ਇਹ ਹਾਂ ਇਸ ਤਾਂ ਪਿੱਛੇ ਯਾਸ਼ ਪਿੱਛੇ ਵਿੱਚ ਆਇਆ ਨਾ, ਕਾਫੀ ਆਪਣੇ ਦੇਖਿਆ ਪੰਜਾਬੀ ਚੰਨ, ਪਾਈ ਨੇ, ਬੈਠਾ ਦੇਖਿਆ ਭਾਜੀ, ਉਹਨਾਂ ਨੇ ਮਿਲਦੇ ਪਤਾ ਰਹਿੰਦੇ ਨੇ ਨੇ ਇੰਟਰਨੈਟ ਦੇ ਵਿੱਚ ਮੇਰੇ। ਉਹ ਬਾਈ, ਇਹਨੂੰ ਵੀ ਦੱਸ ਦੋ ਯਾਰ, ਵੇ ਆਰ ਯੂ ਫਰੋਮ, ਆਪਣਾ ਭਾਈ ਯਾਰ, ਮੈਂ ਜਲੰਧਰ ਸਦਰ ਕੋਲ। ਭੋਗਪੁਰ ਤੋਂ ਆ, ਭੋਗਪੁਰ ਟਾਂਡੇ ਦਾ ਪਤਾ ਜੇ, ਭੋਗਪੁਰ ਸਤਨਾਮ ਸਿੰਘ ਟਾਂਡਾ। ਦੱਸ ਭਾਜੀ, 13 ਸਾਲ ਹੋ ਗਏ ਜੋਬ ਕਰਦੇ ਨੂੰ ਕੋਕਾ ਕੋਲਾ ਚ, ਲਾਈਟ ਡਿਊਟੀ ਡਰਾਈਵਰ, ਕੋਈ ਏਜ ਦਾ ਦੱਸੋ ਜੀ, ਆਪਣਾ ਉਮਰ ਦਾ ਦੱਸ ਦਿਓ। ਕੋਕਾ ਕੋਲਾ ਦੇ ਵਿੱਚ ਮੈਂ ਜਾਣਦਾ ਕਾਫੀ ਬੰਦੇ ਨੂੰ, ਦੁਬਈ ਕਿਹੜੀ ਕੰਪਨੀ ਕਿਹੜੀ ਬ੍ਰਾਂਚ ਦੇ ਵਿੱਚ ਆ। ਜਸ ਭਾਈ, ਅਗਰ ਵਾਈਫ ਬੁਲਾਣੀ ਹੋਵੇ ਤਾਂ ਉਹਦੇ ਵਾਸਤੇ ਕੀ ਡਾਕੂਮੈਂਟਸ ਰਿਕੁਆਇਰਡ ਨੇ? ਮੈਰਿਜ ਸਰਟੀਫਿਕੇਟ ਮੇਨ ਚਾਹੀਦਾ, ਮੈਰਿਜ ਸਰਟੀਫਿਕੇਟ ਹੈਗਾ ਜਾਂ ਇੱਥੋਂ ਤੁਸੀਂ ਘਰ ਦਾ ਕੰਪਲੀਟ ਕਰ ਲਓ, ਜਾਂ ਤੁਸੀਂ ਕੰਪਨੀ ਤੋਂ ਪੇਪਰ ਲੈ ਲਓ ਜੇ ਕੰਪਨੀ ਤੁਹਾਨੂੰ ਲਿਖ ਕੇ ਦਿੰਦੀ ਆ ਤੇ। ਇਹ ਦੋ ਤਿੰਨ ਹੀ ਚੀਜ਼ਾਂ ਚਾਹੀਦੀਆਂ ਨੇ, ਮੈਰਿਜ ਸਰਟੀਫਿਕੇਟ ਤੇ ਘਰ ਦਾ ਐਡਰੈਸ। ਹਾਂ, ਇਹ ਦੋ ਮੇਨ ਚੀਜ਼ਾਂ ਆ, ਬਾਕੀ ਤੁਹਾਡੀ ਆਈਡੀ 6 ਮਹੀਨੇ ਵੈਲਿਡ ਹੋਣੀ ਚਾਹੀਦੀ ਆ ਘੱਟੋ ਘੱਟ, ਅੱਛਾ, ਬਾਕੀ ਸਾਰੇ ਡਾਕੂਮੈਂਟ ਇੱਥੇ ਹੀ ਬਣਦੇ ਆ, ਜਿਹੜੇ ਮੇਨ ਜਿਹੜੇ ਡਾਕੂਮੈਂਟ ਇਹੀ ਆ, ਮੈਰਿਜ ਸਰਟੀਫਿਕੇਟ ਤੇ ਪਾਸਪੋਰਟ ਦਾ ਨਾ ਕਰਨਾ। ਜ਼ਰੂਰ ਦੱਸ ਵੀ, ਪਾਸਪੋਰਟ ਦੇ ਉੱਤੇ ਵਾਈਫ ਦਾ ਨਾਮ ਤੇ ਹਸਬੰਡ ਦੇ ਪਾਸਪੋਰਟ ਦੇ ਉੱਤੇ ਦੋਵਾਂ ਦੇ ਨਾਮ ਸ਼ੇਅਰ ਹੋਣੇ ਚਾਹੀਦੇ ਆ। ਕਈ ਵਾਰ ਬੰਦੇ ਪਾਸਪੋਰਟ ਨਹੀਂ ਬਣਾਉਂਦੇ, ਪਾਸਪੋਰਟ ਪੁਰਾਣੇ ਹੀ ਚੱਲੇ ਜਾਂਦੇ ਇਹਨਾਂ ਦੇ ਸਿੰਗਲ ਦੇ ਹੀ। ਹੁਣ ਮੈਂ ਕੀ ਦਾ ਧੱਕੇ ਨਾਲ ਪਾਸਪੋਰਟ ਲਿਖਾ ਦਾਂ? ਜਨਾਨੀਆਂ ਦੇ ਵਿੱਚ ਨਾਮ ਦਾ ਕੋਈ ਰੋਲਾ ਨਹੀਂ ਹੈਗਾ, ਜਦੋਂ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਵੀਜ਼ਾ ਸਟੈਂਪ ਕਰਾਉਂਦੇ, ਇੰਡੀਆ ਵਾਲਿਆਂ ਤੇ ਕਰਦੇ, ਪਾਕਿਸਤਾਨ ਤੋਂ ਮੈਨੂੰ ਪਤਾ ਨਹੀਂ ਹੈਗਾ, ਪਰ ਇੰਡੀਆ ਦੇ ਵਿੱਚ ਜੇ ਨਹੀਂ ਤੁਹਾਡਾ ਨਾਮ ਨਹੀਂ ਹੈਗਾ ਤੇ ਸਟੈਂਪ ਨਹੀਂ ਕਰਦੇ, ਵੀਜ਼ਾ ਅਪਲਾਈ ਨਹੀਂ ਕਰਨ ਦਾ ਕੋਈ ਪਾਸਪੋਰਟ ਰੋਲ ਉਤੇ ਨਹੀਂ। ਹੁਣ ਦੇਖੋ ਨਾ, ਅਗਰ ਲੜਕੀ ਮੈਰਿਡ ਨਹੀਂ ਹੈ, ਮੈਰਿਡ ਤੋਂ ਪਹਿਲਾਂ ਜਿਹੜਾ ਨਹੀਂ, ਉਹਦਾ ਆਪਣਾ ਨਾਂ ਜਿਹੜਾ ਨਹੀਂ, ਉਹ ਜਾਂ ਉਹਦੇ ਮਾਮਾ ਨਾਲ ਲੱਗਦਾ ਜਾਂ ਪਾਪਾ ਨਾਲ ਲੱਗਦਾ, ਠੀਕ ਹੈ। ਉਹ ਸਾਰੇ ਅਗਰ ਵੀਰ ਸ਼ਾਦੀ ਤੋਂ ਬਣਦਾ ਬਾਅਦ ਪਾਸਪੋਰਟ ਬਣਦਾ ਤਾਂ ਫਿਰ ਤੇ ਹਸਬੈਂਡ ਦਾ ਨਾਲ ਜਿਹੜਾ ਨਹੀਂ, ਉਹ ਆਈਡੀ ਕਾਰਡ ਬਣਦਾ ਜਾਂ ਨਾਮ ਨਹੀਂ ਚੇਂਜ ਹੋਏ ਤਾਂ ਜੀ। ਫਿਰ ਨਾਮ ਜਿਹੜਾ ਆ ਤੁਹਾਡਾ, ਸਰਨੇਮ ਜਿਹੜਾ ਹੁੰਦਾ ਆ, ਉਹ ਜਿਹੜਾ ਮੁੰਡੇ ਦਾ ਸਰਨੇਮ ਹੁੰਦਾ ਉਹ ਲਿਖ ਹੋ ਜਾਂਦਾ। ਅੱਛਾ ਜੀ, ਬਾਅਦ ਵਿੱਚ ਚੇਂਜ ਹੋ ਜਾਂਦਾ, ਉਹ ਤਾਂ ਮੁਸ਼ਕਲ ਨਹੀਂ ਹਾਂਜੀ, ਜੀ। ਬਸ ਇਹ ਨਹੀਂ ਨਾ, ਹੋਰ ਕੋਈ ਚੱਕਰ ਨਹੀਂ ਹੈਗਾ ਅਰਮਾਨੀਆਂ ਦੇ ਵਿੱਚ। ਜਦੋਂ ਤੁਸੀਂ ਅਪਲਾਈ ਕਰਨਾ ਉਦੋਂ ਤੁਹਾਡੀਆਂ 3 ਸੈਲਰੀਆਂ ਲੱਗਣੀਆਂ, ਜਦੋਂ ਤੁਸੀਂ ਆਈਡੀ ਬਣਾਉਣੀ ਆ ਉਦੋਂ ਜਿੰਨੇ ਟਾਈਮ ਦੀ ਤੁਹਾਡੀ ਆਈਡੀ ਪਈ ਹੈ ਉਨੇ ਟਾਈਮ ਦੀਆਂ ਤੁਹਾਡੀਆਂ 11 ਸੈਲਰੀਆਂ ਚਾਹੀਦੀਆਂ ਹੈ। ਸਹੀ ਹੋ ਗਿਆ, ਸਹੀ ਹੋ ਗਿਆ। ਅਗਰ ਇਹ ਨਹੀਂ ਸਮਝ, ਇੱਕ ਮਿਸਾਲ ਨਹੀਂ ਆਉਂਦੀ, ਤਾਂ ਅਗਰ ਤੁਹਾਡੇ ਕੋਲ ਕੋਈ ਐਸਾ ਬੰਦਾ ਹੈ ਤੁਸੀਂ ਜਿਹੜਾ ਮੈਸੇਜ ਸਾਰੇ ਕਰ ਦਿਓ, ਮਾਮਲਾਤ ਮੈਸੇਜ ਵੇਖ ਲਵੇ? ਕਰ ਦਿਓ, ਮੈਂ ਤੁਹਾਨੂੰ ਡਾਕੂਮੈਂਟ ਸੈਂਡ ਕਰ ਦੂੰਗਾ ਲਿਸਟ ਉਹਦੀ, ਮੇਰੇ ਜਿਹੜੇ ਕੋਲ। ਤੁਸੀਂ ਡਾਕੂਮੈਂਟ ਚਾਹੀਦੇ ਆ। ਅੱਛਾ ਭਾਜੀ, ਇਹਨੂੰ ਅੱਛਾ, ਫੋਲੋ ਕਰ ਲੈ, ਮੈਂ ਸਾਰਾ ਕੁਝ ਹੀ ਕਰਾ ਦੂੰ ਤੇ ਦਾ, ਜੋ ਵੀ ਤੈਨੂੰ ਚਾਹੀਦਾ, ਮੈਂ ਜੋ ਵੀ ਡਾਕੂਮੈਂਟ ਫਾਇਰ ਲੱਗਣੇ, ਕਾਫੀ ਅਰਸਾ ਮੇਰਾ ਤਾਂ ਟੋਟਲੀ ਫਾਲੋ ਕੰਮ ਹੋ ਕੀਤੇ ਜਾਊਗਾ। ਹੈ, ਜੇ ਮੇਰੇ ਤੂੰ ਕੋਲ ਸ਼ੈਂਗਨ ਵਟਸਐਪ ਲੈ ਲੈ, ਨੰਬਰ ਜੇ ਵੀ ਤੂੰ ਹੈ, ਮੈਕਸੀਕੋ ਲੈ ਲੈ, ਜਾਂ ਤੂੰ ਕੈਨੇਡਾ ਵੀਜ਼ਾ ਲੈ ਲੈ, ਬਿਲਕੁਲ। ਤੂੰ ਇਹ ਤੇਰਾ ਸਾਰਾ ਕੰਮ ਇੱਥੋਂ ਹੋ ਜਾਊ। ਉਹ ਭਾਜੀ ਯਾਰਾਂ ਦਾ ਨੰਬਰ ਹੈ, ਬੜੀ ਵਧੀਆ ਇਨਫੋਰਮੇਸ਼ਨ ਦਿੰਦੇ ਨੇ, 100% ਹਾਂ ਜੈਨੂਇਨ ਇਨਫੋਰਮੇਸ਼ਨ ਦਿੰਦੇ ਨੇ। ਮੈਂ ਇਹਨਾਂ ਹਾਂ ਨੇ ਜਿਸ ਟਾਈਮ ਨਵਾਂ ਨਵਾਂ ਰੋਮਾਨੀਆ ਚਾਇਆ ਸਾਂ, ਉਸ ਟਾਈਮ ਦੇ ਇਹਨਾਂ ਨੂੰ ਫਾਲੋ ਕੀਤੇ ਹੈ, ਠੀਕ ਹੈ। ਆਪਣੇ ਇੱਥੇ ਬੰਦੇ ਬਹੁਤ ਮਿਲਦੇ ਨੇ, ਗੱਲ ਕੋਈ ਨਹੀਂ ਸਿੱਧੀ ਦੱਸਦੇ ਕੋਈ ਵੀ। ਰਸ਼ੀਦੀਆ ਬ੍ਰਾਂਚ ਆ ਬਾਬਾ, ਦੁਬਈ ਰਸ਼ੀਦੀਆ, ਰਸ਼ੀਦੀਆ ਨਹੀਂ, ਰਸ਼ਦੀਆ ਦਾ ਪਤਾ ਮੈਨੂੰ ਬ੍ਰਾਂਚ ਦਾ, ਰਸ਼ੀਦੀਆ ਭਾਈ ਮੈਸੇਜ ਕਰ ਲਈ, ਮੈਨੂੰ ਪਤਾ ਯਾਰ ਤੇਰਾ। ਪਤਾ ਹੈ ਨਾ ਮੈਨੂੰ ਭਾਜੀ, ਅਰੇ ਹੁਣ ਪਛਾਣਦੇ ਹੋਣੇ ਨੇ, ਮੈਂ ਵਟਸਐਪ ਤੇ ਤੁਹਾਨੂੰ ਮੈਸੇਜ ਕੀਤਾ ਸੀ। ਤੁਹਾਡਾ ਨੰਬਰ ਵੀ ਹੈਗਾ ਤੇ ਮੈਂ ਥੱਲੇ ਉਹ ਮੈਸੇਜ ਦਾ ਜਵਾਬ ਦਿੰਦਾ ਪਿਆ, ਭਾਈ ਦੁਬਈ ਤੋਂ ਆਏ ਰਸ਼ਦੀਆ ਤੋਂ, ਮੈਟਰੋ ਸਟੇਸ਼ਨ ਜਿੱਥੋਂ ਪਹਿਲਾਂ ਸਟਾਰਟ ਹੁੰਦਾ ਆ ਦੁਬਈ ਦਾ, ਉੱਥੋਂ ਭਾਈ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਆ। ਰਸ਼ਦੀਆ ਤੋਂ ਸਟਾਰਟ ਹੁੰਦੀ ਨਾ ਮੈਟਰੋ ਮੇਰੇ ਖਿਆਲ, ਹਾਂਜੀ ਦੁਬਈ ਦੇ ਵਿੱਚ ਰਸ਼ਦੀਆ ਤੋਂ ਸਟਾਰਟ ਹੁੰਦੀ ਹੈ ਮੈਟਰੋ ਲਾਈਨ, ਉਸ ਤੋਂ ਹਾਂਜੀ ਗਾ ਸੋਨਾਪੁਰ, ਇਦਾਂ ਦੇ ਸਾਰੇ ਜਿਹੜੇ ਹੈਗੇ। ਹਾਂਜੀ ਕਨੇਡਾ ਦੱਸੋ, ਰਮਾਨੀਆ ਤੋਂ ਬੱਬਾ।
इंस्टाग्राम ते मैसेज कर ली। बड़ी लंबी छाल मार रहे हैं पाजी। ताही तो क्या भी इंस्टा पे मैसेज कर ले, फिर ही साल बजनी है। एक कुछ कुछ दिन पहले पंजाबी भाई मिले ने सरदार सन ते काम करते ना, इत वो कह रहे सन कि मैनू हो गए ने 2 साल हो गए ने इस कंपनी च काम करदे आ, ते मैं एनओसी लै के फ्रांस इटली सारा फेर फूर के दोबारा वापस इस कंपनी च आ गया, ते मैं उनको काफ़ी इन्वेस्टमेंट इकट्ठी की है, बैंक स्टेटमेंट बनाई है, ते मैं कैनेडा का जड़ा नहीं वो छक्का लाना है, मैं कम जड़ा नहीं वो जरूर लगेगा छक्का जी, तुसे इतनी मेहनत की इतना टाइम जो इतने कंपनी का एतमाद तुसा हासिल किया है तो जरूर लगेगा वीज़ा। सही है ना, जे अगला शनगन घूम के आने के फिर वापस आ तो उन्होंने तो मिलना मिलना भी जा शेंगन च भाजी अगे कुछ भी नहीं है मेरे ख्याल के मुताबिक। बंदे बड़े जलील होंगे ने सच्ची गल, जो फोटो लाल बैठे है वो उन्हों का कोई फ्यूचर अजे है जी, 2-2 महीने 3-3 महीने हो गए वेले बैठे नु, कईयां नु बहुत ज्यादा हो गया अपने दसे पा दसे बहुत ज्यादा हो गया ਜਿਆਦੀ ਹੋ ਗਿਆ ਇਹਨਾਂ ਨੂੰ ਭਾਜੀ। ਇਹ ਦਾ ਕੋਈ ਹੈਗਾ ਸ਼ੈਂਗਨ ਜਾਣੇ ਦਾ ਕੋਈ ਚਾਂਸ ਵਗੈਰਾ ਕੋਈ ਕੋਈ ਗੱਲਬਾਤ ਚੱਲੀ ਹੈ ਕਾਫੀ, ਬਾਕੀ ਮੀਟਿੰਗ ਵਿੱਚ ਪਤਾ ਲੱਗਣਾ, ਮੀਟਿੰਗ ਚੱਲੀ ਜਾਂਦੀ ਹੈ ਬਾਬਾ ਹਜੇ। ਕਬ ਪਤਾ ਚੱਲਣਾ, ਕਿਸ ਟਾਈਮ ਪਤਾ ਚੱਲਣਾ ਭਾਜੀ? ਅਗਸਤ ਮਹੀਨੇ ਦੇ ਵਿੱਚ, ਅਰੇ 5 ਮਹੀਨੇ ਅਗਸਤ ਦੇ ਮਹੀਨੇ। ਅੱਛਾ ਅੱਛਾ, ਪਾਣੀ ਆ ਪਰ ਇਹਦੇ ਚ ਬੋਟਲ ਚ ਬੁੰਦਾ ਝੁੱਟ ਕੇ ਪਈ ਆ। ਬਾਕੀ 99 ਤਾਂ ਹੈਗੀ ਆ ਵੀ ਇਸ ਵਾਰ ਆਊਗਾ ਰੋਮਾਨੀਆ ਤੇ, मतलब साल 2024 ते आया ही आया, इस साल ना आवे ते है जस। मैं ना जदों गया ऑस्ट्रिया ते इटली गया मैं, ते मैनू जिन्ने क मतलब इंडिया तो पंजाब तो जिन्ने क मेरे सके रिश्तेदार ते यार दोस्त सारे ने बड़ा ही जोर लाया, ਉਹ ਤੂੰ ਕਾਹਤੋਂ ਵਾਪਸ ਕਾਹਤੋਂ ਜਾਣਾ, ਤੂੰ ਰਹਿ ਇੱਥੇ ਮਾਮਾ, ਇੱਥੋਂ ਤਾਂ ਲੋਕ ਫਾਹਾ ਲੈਣ ਦੇ ਆ, ਜਾਣ ਨੂੰ ਵੀ ਇੱਕ ਵਾਰੀ ਪਹੁੰਚ ਜਾਈਏ ਅਸੀਂ ਜੇ ਵੋ ਕਰਕੇ। ਤੇ ਮੈਂ ਬੜਿਆ ਮੈਂ ਕਿਹਾ ਨਹੀਂ ਯਾਰ ਮੈਂ ਜਾਣਾ ਜਾਣਾ, ਤੇ ਫਿਰ ਸਾਡੇ ਤਾਏ ਚਾਚਿਆਂ ਦੇ ਮੁੰਡੇ ਉਹ ਭਰਾਵਾ ਤੂੰ ਕਹਿੰਦੀ ਇੱਥੇ ਤਾਂ ਲੋਕ ਪਹੁੰਚਦੇ ਹੀ ਮਸਾਂ ਵਾਂ ਤੇ ਔਖੇ ਸੌਖੇ ਹੋ ਕੇ ਡੋਂਕੀਆਂ ਲਾ ਲਾ ਕੇ ਤੂੰ ਵਾ। ਉਹ ਮੈਂ ਕਿਹਾ ਭਰਾਵਾ ਮੈਨੂੰ ਨਹੀਂ ਕੋਈ ਚੱਕਰ ਹੈਗਾ, ਮੇਰਾ ਫੈਮਿਲੀ ਮਗਰ ਛੱਡ ਕੇ ਆਇਆ, ਮੈਂ ਇਕੱਲਾ ਥੋੜ੍ਹੀ ਹਾਂ, ਮੈਂ ਕਿਹਾ ਮੈਂ ਜਰਮਾਨੀਆ 'ਚੋਂ ਨਿਕਲ ਕੇ ਮੈਂ ਕਿਹਾ ਜੇ ਮੈਂ ਇਟਲੀ ਵੜ ਜਾਣਾ ਪੁਰਤਗਾਲ ਵੜ ਜਾਣਾ ਤਾਂ ਇਹ ਫਰਕ ਕੀ ਆ, ਇੱਥੇ ਰੋਮਾਨੀਆ 'ਚ ਸੈਲਰੀ ਪੁਰਤਗਾਲ ਨੂੰ ਵੀ ਜ਼ਿਆਦੀ ਆ, ਵਧੀਆ ਰੂਮ ਵਧੀਆ ਖਾਣਾ ਪਾਣੀ। ਮੈਂ ਕਿਹਾ ਰੋਮਾਨੀਆ ਜੇ ਜੇ ਜਰਮਾਨੀਆ ਛੱਡਣੀ ਆ ਤੇ ਰੋਮਾਨੀਆ ਕਿਸੇ ਚੰਗੀ ਕੰਟਰੀ ਕਰਕੇ ਛੱਡੋ। ਜਿੰਨੇ ਬੰਦੇ ਵੀ ਹੁਣ ਗਏ ਆ ਵੀਰੇ ਬਹੁਤ ਔਖਾ ਮੇਰੇ ਇੱਧਰ ਨਾ ਤਿੰਮੀਸ਼ਵਾਰਾ ਤੇ ਮੇਰੇ ਫਰੈਂਡ ਗਏ ਸੀਗੇ, ਤੇ ਉਹ ਤੋਂ ਬਈ ਰੋਂਦਾ ਉੱਥੇ, ਉਹ ਕਹਿੰਦਾ ਯਾਰ ਕੋਈ ਹਾਲ ਨਹੀਂ, ਕੰਮ ਵੀ ਬਹੁਤ ਹਾਰਡ ਵਰਕ ਆ, ਪੈਸੇ ਘੱਟ ਵਾ, ਕੰਮ ਕਈ ਵਾਰ ਕਹਿੰਦਾ ਮਿਲਦਾ ਨਹੀਂ, ਉਹ ਕਹਿੰਦਾ ਪਿੱਛੇ ਜਿਹੇ ਸਾਡੇ ਇੱਦਾਂ ਦਾ ਵੀ ਸਮਾਂ ਆ ਗਿਆ ਸੀ ਵੀ ਰੋਟੀ ਪਾਣੀ ਦਾ ਸਾਡਾ ਔਖਾ ਹੋਇਆ ਪਿਆ ਸੀ, ਨਾਲੇ ਪਹਿਲਾਂ 2.5 ਲੱਖ ਲਾ ਕੇ ਵੀ ਗਏ ਹਨਾ। ਹਾਂ ਫੇ ਹੁਣ ਤਾਂ ਕਾਨੂੰਨ ਸਖਤ ਆ, ਹੁਣ ਤਾਂ ਪੂਰਾ ਹੀ ਰਹਿਣਾ ਹੁੰਦਾ ਆਪਾਂ ਥੋੜੇ ਦਿਨ ਤੱਕ। ਹੁਣ ਮੈਂ ਸਾਡਾ ਵਾ ਮੈਂ ਮਾਰਚ ਵਿੱਚ ਫੇ ਮੈਂ ਚਲੇ ਜਾਣਾ ਇੱਧਰ ਘੁੰਮ ਕੇ ਆਵਾਂਗੇ, ਸ਼ੈਨਗਨ ਵੀਜ਼ਾ ਲੱਗਾ ਪਿਆ ਪਾਸਪੋਰਟ ਦੇ ਉੱਤੇ, ਜਾਣਾ ਰਹਿਣਾ ਥੋੜੀ ਆ ਪਾ, ਜਸ ਨੇ ਵੀ ਨਾਲ ਹੀ ਜਾਣਾ। ਘੰਟਾ ਬਿਠਾ ਕੇ ਰੱਖਿਆ ਜੀ ਏਅਰਪੋਰਟ ਪਰ ਉਹਨਾਂ ਨੇ ਮੈਨੂੰ ਜਦ ਉਹ ਤਾਂ ਉਹਨਾਂ ਨੇ 1 ਘੰਟਾ ਬਿਠਾ ਕੇ ਰੱਖਿਆ, ਫੋਟੋ ਕਾਪੀ ਨਹੀਂ ਕਰੀ ਗਏ ਪਹਿਲਾਂ ਅੱਧਾ ਘੰਟਾ। ਉਹ ਸਾਈਪ੍ਰਸ ਸਰਬੀਆ ਸਾਈਪ੍ਰਸ ਬੜੀ ਨਾਨੀ ਸਾਈਪ੍ਰਸ ਸਰਬੀਆ ਸਾਈਪ੍ਰਸ ਨਹੀਂ ਸਾਈਪ੍ਰਸ ਤਾਂ ਨਹੀਂ ਕੋਈ ਚੱਕਰ ਪਿਆ ਹੈਗਾ, ਸਾਈਪ੍ਰਸ ਤਾਂ ਜਾਣ ਸਾਰੀ ਉਹਨਾਂ ਨੇ ਦੋ ਵੱਧ ਤੋਂ ਵੱਧ ਮੈਨੂੰ ਉਹ ਮੈਂ ਜੂਨ ਮਹੀਨੇ ਗਿਆ ਸੀਗਾ ਨਾ ਐਗਤੀ ਜਦੋਂ ਗਿਆ ਸੀਗਾ ਮੈਂ, ਹੁਣ ਐਗਤੀ ਦਾ ਬੰਦੇ ਮੋੜ ਤੇ ਨਾ ਐਂਟਰੀ ਦਿੱਤੀ ਰਮਾਣੀ ਵਾਲੇ ਨੇ,
ਰਮਾਨੀਆ ਵਾਲੇ ਮੋੜੇ ਬੰਦੇ ਉਰੇ ਦੇ। ਅੱਛਾ ਐਂਟਰੀ ਨਹੀਂ ਦਿੱਤੀ ਉਹ ਵਿਚਾਰਾ, ਪਹਿਲਾਂ ਇੱਕ ਦੋ ਕੰਟਰੀ ਘੁੰਮਿਆ ਸੀਗਾ, ਉਹਨੂੰ ਇੱਥੇ ਐਂਟਰੀ ਨਹੀਂ ਦਿੱਤੀ ਹੈਗੀ ਰਮਾਨੀ ਵਾਲਿਆਂ ਨੇ। ਬਲਵੰਤ ਸਿੰਘ ਰਮਾਨੀਆ ਹਾਂਜੀ ਜਾ ਕੇ ਆਏ ਹੋ ਕਿਤੇ, ਜਾ ਹੋ ਤੁਸੀਂ ਉੱਥੋਂ ਸਾਈਪ੍ਰਸ ਜਾ ਸਕਦੇ ਐਂਟਰੀ ਜੀ, ਆਪਣੇ ਰਮਾਨੀ ਵਾਲੇ ਸਰਬੀਆ ਉੱਥੋਂ ਨਹੀਂ ਚਲ ਐਂਟਰੀ ਜਾਓ, ਦਿੱਤੀ ਆ, ਇੱਧਰੋਂ ਨਹੀਂ ਆਪਣੇ ਜਾ ਜਾ ਸਕਦੇ, ਦੱਸ ਜਾਰਜੀਆ ਵੀ, ਨੋਰਥ ਮੈਕਡੋਨੀਆ ਵੀ, ਕਾਫੀ ਕੰਟਰੀਆਂ ਯਾਰ, ਬੋਸਨੀਆ ਜਾਓ, ਉੱਥੇ ਸਰਬੀਆ ਦੇ ਨਾਲ ਹੀ ਪੈਂਦਾ, ਜ਼ਿਆਦਾ ਦੂਰ ਨਹੀਂ ਜਾਣਾ ਤੇ। ਨਹੀਂ ਸਭੀ ਵੀਰੇ ਆਪਣਾ ਨਾ ਸਾਈਪ੍ਰਸ ਤੋਂ ਇੱਧਰੋਂ ਨਹੀਂ ਐਂਟਰੀ ਦਿੱਤੀ ਸੀ ਜਾਂ ਉੱਧਰੋਂ ਨਹੀਂ ਆਪਣਾ ਉਹ ਕੀਤਾ ਰਮਾਨੀਆ ਨੇ, ਕੀ ਇਹ ਆਪਣਾ ਰਮਾਨੀਆ ਵਾਲੇ ਸਰ ਉਹਨੂੰ ਸਾਈਪ੍ਰਸ ਵਾਲੇ ਨੂੰ ਨਹੀਂ ਦਿੱਤੀ ਸੀ ਐਂਟਰੀ। ਅੱਛਾ ਸਾਈਪ ਉਹਨਾਂ ਯਾਰ ਨਹੀਂ ਮਿਲਦੇ ਉਹ ਵੀਰੇ, ਨਹੀਂ ਨਹੀਂ ਦਿੰਦੇ, ਘੱਟ ਦਿੰਦੇ, ਘੱਟ ਦਿੰਦੇ ਐਂਟਰੀ, ਇਧਰੋਂ ਕੋਈ ਇਨਵੀਟੇਸ਼ਨ ਕਰੇ ਨਾ ਮੋਰ ਹੈਗੇ ਤੁਸੀਂ, ਉਹ ਤੇ ਕੀਵੀ ਜਿਹੜਾ ਐਪ ਆ ਉਹਦੇ ਤੇ ਦੇਖੋ ਕਨੈਕਸ਼ਨ ਵਾਲੀਆਂ ਫਲੈਟਾਂ ਜਿਹੜੀਆਂ ਆ, ਬੁਕਰ ਐਸ ਕਦੋਂ ਏਰੀਆ ਗਿਆ ਸੀ ਤੂੰ, ਏਅਰਪੋਰਟ ਉੱਥੇ ਨਾ ਤੁਸੀਂ ਕਦੋਂ ਗਏ ਸੀਗੇ ਏਅਰਪੋਰਟਾਂ ਤੇ? ਨਹੀਂ ਮੈਨੂੰ ਤਾਂ ਮਿਲ ਗਈ ਸੀ 2 ਵਾਰ ਐਂਟਰੀ, ਮੈਂ ਤਾਂ ਨਹੀਂ ਜੂਨ ਚ ਆਪਣਾ ਮਿਲ ਗਈ ਸੀ, ਆ ਸਾਬੀ ਦਸੰਬਰ ਆਪਣਾ ਚ ਮਿਲ ਸਾਬੀ ਗਈ ਸੀ। ਵੀਰੇ ਆ ਲਾਸਟ ਆਪਣਾ ਹੁਣ ਤੁਸੀਂ ਕਦੋਂ ਦਸੰਬਰ ਚ ਗਏ ਜਾਂ ਕਦੋਂ ਗਏ ਹੈਗੇ? ਹਾਂ ਹੁਣ ਤਾਂ ਮੈਂ ਦਸੰਬਰ ਚ ਗਿਆ ਸੀਗਾ ਜੀ। ਦਸੰਬਰ ਦੀ ਕਿੰਨੀ ਤਰੀਕ ਨੂੰ? ਜ਼ਰੂਰੀ ਨਹੀਂ ਮੈਂ ਉਹੀ ਕ੍ਰਿਸਮਸ ਤੇ, ਲੱਗਦੀ ਨਹੀਂ ਹੈਗੀ ਕ੍ਰਿਸਮਸ ਤੇ ਯਾਰ, ਤੂੰ ਨਾਲ ਤਾਂ ਸੀਗਾ ਆਪਣੇ ਫਿਰੋਜ਼ ਸਾਹਿਬ, ਕ੍ਰਿਸਮਸ ਤੇ ਗਿਆ ਸੀ ਉਦੋਂ ਮਿਲ ਗਈ ਸੀ, ਤੇ ਜਦੋਂ ਉਧਰੋਂ ਮੁੰਡੇ ਆਏ ਉਹਨੂੰ ਨਹੀਂ ਆਪਣਾ ਮਿਲੀ ਹੈਗੀ। 23 ਤਰੀਕ ਦੀ ਜਾਂ 24 ਤਰੀਕ ਦੀ ਫਲਾਈਟ ਸੀਗੀ ਆਪਣਾ, 23 ਤਰੀਕ ਦੀ ਖਣੀ 24 ਦੀ ਖਣੀ ਮੈਂ ਗਿਆ ਸੀ 24 ਨੂੰ। ਆਹੋ 24 ਤਰੀਕ ਦੀ ਫਲਾਈਟ ਹੀ ਸੀਗੀ ਬਾਬਾ, ਤੇਰੇ ਨਾਲ ਤਾਂ ਸੀਗੇ, ਤੂੰ ਪਹਿਲਾਂ ਬੈਠਾ ਸੀਗਾ, ਤੇਰੇ ਪੀਲੀ ਪੱਗ ਬੰਨੀ ਸੀ ਨਾ। ਯਾ ਹਾਂ 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 ਬਸ ਬਸ ਪੀਲੀ ਪੱਗ ਵਾਲਾ ਮੈਂ ਹੀ ਸੀ, ਸਹੀ ਆ ਉਹ ਕਹਿੰਦਾ ਪੀਲੀ ਪੱਗ ਉਧਰੋਂ ਜਿਹੜੇ ਮੁੰਡੇ ਆਏ ਉਹਨਾਂ ਨੂੰ ਨੀ ਦਿੱਤੀ ਐਂਟਰੀ, ਇਹਨਾਂ ਨੇ ਬੁਕਰ ਵਾਲਿਆਂ ਨੂੰ ਨੀ ਦਿੱਤੀ ਉਹਨਾਂ ਨੇ ਐਂਟਰੀ, ਮੈਂ ਸਾਹਿਬ ਮੈਨੂੰ ਪਤਾ ਉਹਨਾਂ ਨੂੰ ਗੱਲ ਕਰਨੀ ਨੀ ਆਈ ਉਹਨਾਂ ਨਾਲ, ਉਹ ਕੋਲੇ ਹੀ ਖੜੇ ਸੀਗੇ, ਉਹਨਾਂ ਨੂੰ ਗੱਲ ਕਰਨੀ ਨੀ ਆਈ ਹੈਗੀ। ਉਹ ਮੁੰਡਾ ਜਿਹੜਾ ਉੱਥੇ ਇਮੀਗ੍ਰੇਸ਼ਨ ਵਾਲਾ ਬੈਠਾ ਉਹਨਾਂ ਇਹੀ ਗੱਲ ਪੁੱਛੀ, ਕਹਿੰਦਾ ਤੁਸੀਂ ਆਏ ਹੋ ਤੇ ਕਾਹਤੋਂ ਆਏ ਹੈਗੇ ਇਮੀਗ੍ਰੇਸ਼ਨ ਜਿਹੜਾ ਵਾਲੇ ਮੁੰਡਾ ਨਹੀਂ ਆਇਆ, ਕਹਿੰਦਾ ਜੀ ਵਾਪਸ ਫਰ ਰਹੇ ਹਾਂ, ਵਾਪਸ ਆ ਰਹੇ ਹਾਂ, ਸਹੀ ਗੱਲ ਕਰਨੀ ਨਹੀਂ ਆਈ ਉਹਨਾਂ ਨਾਲ, ਹੁਣ ਐਂਟਰੀ ਨਹੀਂ ਦਿੱਤੀ ਉਹਨਾਂ ਨੇ, ਉਹੀ ਚੱਕਰ ਹਾਂ। ਇੱਕ ਤਾਂ ਆਪਣੇ ਦੋ ਆਪਣੇ ਪਾਕਿਸਤਾਨੀ ਵੀਰ ਸੀਗੇ ਤੇ ਉਹਨਾਂ ਨੂੰ ਆਪਣੇ ਸਾਈਪ੍ਰਸ ਵਾਲਿਆਂ ਨੇ ਨੀ ਐਂਟਰੀ ਉੱਥੋਂ ਦਿੱਤੀ ਹੈਗੀ ਏਅਰਪੋਰਟ ਤੋਂ ਲਾਰਨਾ ਕਦੋਂ, ਉਹਨਾਂ ਨੇ ਤਾਂ ਨਹੀਂ ਆਪਣਾ ਕੀਤਾ, ਉਹਨਾਂ ਨੂੰ ਗੱਲ ਕਰਨੀ ਨਹੀਂ ਆਈ ਬੰਦਿਆਂ ਨੂੰ। ਨਹੀਂ ਇੱਕ ਤਾਂ ਜਿਹੜਾ ਉਰੇ ਜਿਹੜਾ ਉਰੇ ਤੋਂ ਮੋੜਿਆ ਨਾ ਉਹ ਆਪਣੇ ਬੁਕਾਰੈਸਟ ਵਾਲਿਆਂ ਨੇ ਮੋੜਿਆ, ਆਪਣਾ ਦਿੱਲੀ ਦਾ ਸੀਗਾ ਮੁੰਡਾ, ਉਹ ਹਲਵਾਈ ਦਾ ਕੰਮ ਕਰਦਾ ਉੱਥੇ ਪਾ ਫੋਸ ਸਾਈਬਰਾਂ ਚ, ਉੱਥੇ ਜਾ ਗੂੰਗੇ ਹੋ ਗਏ ਉਹ, ਉਹ ਕਹਿੰਦੇ ਹਾਂ ਆਉਂ ਜੇ ਕਰੀ ਗਏ ਉਹਨਾਂ ਨੂੰ, ਉਹ ਕਹਿੰਦੇ ਵੀ ਕਰੀ ਕੀ ਜਾਂਦੇ ਪਤਾ ਨੀ ਕੀ ਸਿਸਟਮ ਹੋਇਆ, ਜਿਹੜੇ ਆਪਣੇ ਪਾਕਿਸਤਾਨੀ ਬਾਈ ਸੀ ਉਹ ਆਪਣੇ ਸਾਈਬਰਾਂ ਵਾਲੇ ਨੀ ਐਂਟਰੀ ਦਿੱਤੀ ਉਹਨਾਂ ਨੂੰ ਉੱਥੋਂ ਹੀ। ਨਹੀਂ ਸਾਨੂੰ ਪਤਾ ਲੱਗ ਗਿਆ ਮੈਨੂੰ, ਮੈਂ ਸਮਝ ਗਿਆ, ਮੈਂ ਆਪਣਾ ਦੇਖੀ ਜਾਂਦਾ ਸੀਗਾ ਉਹ ਹਾਂ ਹੂੰ ਜੇ ਕਰੀ ਗਏ ਵੀ ਸਾਨੂੰ ਸਮਝ ਨੀ ਲੱਗਦੀ ਕੁਛ, ਉਹ ਮੁੰਡਾ ਆਪਣਾ ਜਿਹੜਾ ਇਮੀਗ੍ਰੇਸ਼ਨ ਵਾਲਾ, ਉਹ ਮੁੰਡਾ ਜਿਹਾ ਆਪਣਾ ਜਿਹੜਾ ਬੈਠਾ ਨਾ ਉੱਥੇ, ਉਹ ਮੋਟੂ ਹਾਂਜੀ ਜਿਹਾ ਹਾਂਜੀ ਆਪਣਾ ਇਮੀਗ੍ਰੇਸ਼ਨ ਭਾਰੀ ਜਿਹਾ ਆਪਣੇ ਸਰੀਰ ਦਾ, ਉਹ ਇਹੀ ਚੀਜ਼ ਦੇਖਦਾ ਉੱਥੇ ਬਹਿ ਕੇ, ਉਹ ਜਿੰਨੇ ਵਾਰੀ ਹੋਈ ਆ ਹਾਂ ਇਹ ਚੀਜ਼ ਦੇਖਦਾ ਬਹਿ ਕੇ, ਉਹਨੂੰ ਹੀ ਦੇਖਿਆ ਹੋਗਾ ਮੈਂ, ਉਹਨੇ ਉਹੀ ਰੋਕਦਾ ਹੁੰਦਾ ਗਾ, ਉਹ ਰੋਕਦਾ ਹੁੰਦਾ ਸਭ ਹਰ ਇੱਕ ਨੂੰ। ਬਸ ਉਹਨੂੰ ਦੌੜ ਨਹੀਂ ਬਣਾ ਗਿਆ, ਰੋਕੂਗਾ ਤੈਨੂੰ, ਮੇਰੇ ਵਰਗਾ ਮੋਟੂ ਆ ਉਹ ਰੋਕ ਲੈਂਦਾ ਉਹ ਹਰੇਕ ਨੂੰ, ਤਿੰਨ ਵਾਰੀ ਮੈਂ ਇਹੀ ਚੀਜ਼ ਆਪਣਾ ਉਹਦੇ ਉਹਨੇ ਰੋਕ ਲਏ ਸਾਰੇ ਬੰਦੇ, ਉਹ ਕਹਿੰਦਾ ਮੈਨੂੰ ਵੈਸੇ ਇੰਨਾ ਦੱਸ ਦੋ ਵੀ ਤੁਸੀਂ ਐਂ ਕਾਹਦੀ ਖਾਤਰ ਆ ਗਏ, ਬੰਦੇ ਬੰਦੇ ਬੋਲੇ ਨੀ ਕੁਛ ਉੱਥੇ, ਉਹ ਹਾਂ ਹੂੰ ਆ ਜੇ ਕਰੀ ਗਏ। ਉਹ ਯਾਰ ਪਤਾ ਕੀ ਗੱਲ ਆ, ਇਮੀਗ੍ਰੇਸ਼ਨ ਕਲੀਅਰ ਕਰਨ ਵਾਲਿਆਂ ਨੂੰ ਥੋੜਾ ਜਿਹਾ ਬੰਦਾ ਬਰੇਵ ਚਾਹੀਦਾ, ਜਦੋਂ ਦੇਖ ਕੇ ਬੰਦਾ ਨਰਵਸ ਹੋ ਜਾਂਦਾ ਉਹਨਾਂ ਨੂੰ ਲੱਗ ਜਾਂਦਾ ਕਿ ਬੰਦਾ ਨੈਗੇਟਿਵ ਹੈ ਭੱਜਣ ਭੁੱਜਣ ਵਾਲਾ ਵਾ, ਕਿਉਂਕਿ ਕਿਉਂਕਿ ਸਾਈਪ੍ਰਸ ਤੋਂ ਜਿਹੜਾ ਜਿਹੜਾ 2 ਨੰਬਰ ਵਾਲਾ ਕੰਮ ਨਹੀਂ ਚੱਲਦਾ, ਲੈਂਡਵੇ ਹੈ ਨਹੀਂ ਚੱਲਦਾ, ਉਹ ਬੰਦੇ ਇੱਕ ਦੂਜੇ ਦੇ ਮੂੰਹ ਲਈ ਦੇਖਣ ਲੱਗ ਗਏ, ਉਹੀ ਕਾਰਨ ਹੋਇਆ ਨਾ। ਹੁਣ ਅਸੀਂ ਇੰਨੀ ਵਾਰ ਗਏ ਆ ਸਾਨੂੰ ਕਦੇ ਕੋਈ ਫਰਕ ਹੀ ਨਹੀਂ ਪੈਂਦਾ ਕਿ ਇਮੀਗ੍ਰੇਸ਼ਨ ਕੀ ਪੁੱਛਦੀ ਆ। ਉਹ ਮੁੰਡਾ ਫਿਰ ਉਹ ਆਪਣਾ ਆਪਣਾ ਪਹਿਲਾਂ ਬਾਹਰ ਖੜਾ ਸੀਗਾ, ਫਿਰ ਉਹ ਅੰਦਰ ਬਹਿ ਗਿਆ ਨਾਲ ਹੀ ਜਾ ਕੇ ਅੰਦਰ ਹੀ, ਫਿਰ ਉਹਨੇ ਸਾਰੀ ਆਪਣਾ ਫਿਰ ਕੋਈ ਲੰਘਣ ਨਹੀਂ ਦਿੱਤਾ ਉਹਨੇ ਸਾਡੀਆਂ, ਉਹੀ ਜਿਹੜਾ ਦਿੱਲੀ ਵਾਲਾ ਮੁੰਡਾ ਸੀਗਾ ਨਾ, ਉਹੀ ਜਿਹੜਾ ਦਿੱਲੀ ਵਾਲਾ ਮੁੰਡਾ ਮੋੜਿਆ ਉਰੇ ਤੇ, ਉਹੀ 2 ਦਿਨ ਪਹਿਲਾਂ ਸਰਬੀਆ ਨੇ ਮੋੜਿਆ ਉਹਨੂੰ, ਬਸ ਉਹੀ ਚੱਕਰ ਆ ਜਦੋਂ ਉਹਦੇ ਹਾਂ ਜਦੋਂ ਉਹਦੇ ਸਟੈਂਪ ਲਾਤੀ, ਜਦੋਂ ਅੱਗੇ ਪਲੇਨ ਚ ਬਿਠਾ ਤਾ ਕਿ ਪਲੇਨ ਵਾਲਿਆਂ ਨੇ ਮੋੜਤਾ ਨਾ, ਉਹ ਸਕੈਨ ਹੁੰਦਾ ਜਦੋਂ ਪਾਸਪੋਰਟ। ਪਰ ਇੱਕ ਗੱਲ ਕਹਿੰਦੇ ਵੀਜ਼ੇ ਲੈਣ ਦੀ ਹਾਲੀ ਆਪਣਾ ਸਰਵਿਸ ਥੋੜੀ ਗੰਦੀ ਹੈਗੀ, ਹਾਲੇ ਘੰਟਾ ਘੰਟਾ ਡੇਢ ਡੇਢ ਘੰਟਾ ਲੇਟ ਕਰ ਦਿੰਦੇ ਆ, ਡੇਢ ਡੇਢ ਘੰਟਾ ਲੇਟ ਸੀਗਾ ਕੰਮ, 2 ਘੰਟੇ ਲੇਟ ਕਰ ਦਿੰਦੇ ਆ, ਬਿਠਾ ਕੇ ਰੱਖਦੇ ਆ,
ਬਿਠਾ ਕੇ ਰੱਖਦੇ ਉਹ ਬੰਦੇ ਦੀ ਮਨ ਦੀ ਉਹ ਬੰਦੇ ਮਨ ਦੀ ਤਸੱਲੀ ਕਰਾ ਕੇ ਰੱਖਦੇ ਪੂਰੀ ਉਹ ਡਰਾਈ ਨਾ ਜਾਓ ਮੇਰੀ ਫਲੈਟ ਆ ਮਾਰਚ ਚ ਵੇਜੀ ਐਲ ਲਾਈਨ ਦੀ ਨਹੀਂ ਸਹੀ ਗੱਲ ਆ ਉਹ ਡੇਢ ਡੇਢ ਤੋਂ ਉਹ ਡਰਾਈ ਨਾ ਜਾਓ ਮੇਰੇ ਉਧਰੋਂ ਵੀ ਲੇਟ ਮੈਂ ਜੇ ਜਰਮਨ ਜਾਣਾ ਇਧਰੋਂ ਵੀ ਲੇਟ ਕੀਤਾ ਜਰਮਨ ਜਾਣਾ ਮੈਂ ਲੇਟ ਕੀਤਾ ਸਾਨੂੰ ਉਹਨਾਂ ਨੇ ਕਦੋਂ ਮਾਰਚ ਵਿੱਚ ਆਹ ਮਾਰਚ 10 ਮਾਰਚ 12 15 ਜਜਸ ਕਦੋਂ ਆ ਜਜਸ ਨੇ ਕੀਤੀ ਆ ਜਜਸ ਕਦੋਂ ਹੋਈ ਆ ਇਟਲੀ ਜਾਏ ਮੈਂ ਇਟਲੀ ਨੂੰ ਮੈਂ ਇਟਲੀ ਜਾ ਆਇਆ ਮੈਂ ਆਸਟ੍ਰੀਆ ਵੀ ਜਾ ਆਇਆ ਸਲਵਾਕੀਆ ਵੀ ਜਾ ਆਇਆ ਹੋਰ ਵੀ ਇੱਕ ਥਾਂ ਜਾ ਆਇਆ ਮੈਂ ਤਾਂ ਹੁਣ ਤਾਂ ਮੈਂ ਪਾਕਿਸਤਾਨ ਜਾਣਾ ਜਾਂ ਸ਼੍ਰੀਲੰਕਾ ਇਹ ਮੇਰਾ ਡ੍ਰੀਮ ਆ ਹਾਂ ਸਹੀ ਗੱਲ ਆ ਮੁੜ ਨਹੀਂ ਦਿੰਦੇ ਫਿਰ ਹੁਣ ਤਾਂ ਕਿਰਪਾ ਮਾਲਕ ਦੀ ਕੋਈ ਚੱਕਰ ਜਿੱਧਰ ਮਰਜ਼ੀ ਨਿਕਲ ਜਾਈਏ ਕਿੱਥੇ ਰਿਹਾ ਫਿਰ ਤੂੰ ਸਭ ਵੀ ਫਿਰ ਕਹਿੰਦਾ ਜੀ ਸਭ ਉੱਥੇ ਲਾਰਨਗਾ ਜਾਂ ਕਿੱਥੇ ਰਹੇ ਫਿਰ ਉੱਥੇ ਕਿਹੜੇ ਪਾਸੇ ਮੈਂ ਫਿਰ ਨਕੋਸ਼ ਹੀ ਰਿਹਾ ਜਾ ਕੇ ਅਸਾਂ ਨਕੋਸ਼ ਹੀ ਆ ਅਸਾਂ ਅੱਗੇ ਚੱਲ ਗਏ ਹਾਂਜੀ ਠੀਕ ਆ ਪਰਮਜੀਤ ਤੂੰ ਵੀਰੇ ਹੋਰ ਵੀ ਕੋਈ ਕੰਟਰੀ ਟਰਾਈ ਮਾਰ ਲਾ ਤੇ ਫੇਰ ਸ਼ੈਨਗਨ ਅਪਲਾਈ ਕਰ ਲਈ ਤੂੰ ਜਾਰਜੀਆ ਵਗੈਰਾ ਜਾਂ ਨਿਗੜਾ ਕੱਢਿਆ ਬਲਗਾਰੀਆ ਸਾਈਪ੍ਰਸ ਦੂਜੀ ਸਰਬੀਆ ਤੇ ਐਂਟਰੀ ਦਵਾ ਦੀ ਅਗਲੇ ਮਹੀਨੇ ਅਪ੍ਰੈਲ ਵਿੱਚ ਬੰਦੇ ਕੱਲੇ ਟਰੈਵਲ ਨੀ ਕਰ ਸਕਦੇ ਯਾਰ ਚਲੋ ਨਾਲ ਸਾਥ ਪੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਡਿਵਾਈਡ ਹੋ ਜਾਣੇ ਆ ਹੋਟਲ ਵਗੈਰਾ ਦੇ ਬਟ ਬੰਦਿਆਂ ਦਾ ਕਰਾ ਦੇਣ ਟਰੈਵਲ ਨਾਲ ਅਪਾਰਟਮੈਂਟ ਹੀ ਬਹੁਤ ਵੱਡਾ ਸਮਾਨ ਵੀ ਸਾਰਾ ਓਹਦੇ ਚ ਓਹਦਾ ਕਹਿੰਦਾ ਮੈਨੂੰ ਫੋਨ ਕਰਦਿਆ ਕਰੋ ਉਹ ਨੰਬਰ ਸੇਵ ਕਰੀ ਬੈਠਾ ਪਤੰਦਰ ਇਹਦਾ ਆਪਣਾ ਸੀਮੇ ਦਾ ਤਰਸੀਮ ਦਾ ਸਾਨੂੰ ਹੋਟਲ ਨਾਲ ਮਿਲਿਆ ਰਾਤ ਨੂੰ ਤੇ ਅਸੀਂ ਅੱਧੀ ਰਾਤ ਉਹਨੂੰ ਫੋਨ ਕੀਤਾ ਵਿਚਾਰਾ ਮੀਂਹ ਚ ਆਇਆ ਅਸੀਂ ਬਾਹਰ ਬੈਠੇ ਠੰਡ ਚ ਕੰਬੀ ਜਾਈਏ ਮੇਰੇ ਚੰਨਾ ਬੁਰਾ ਹਾਲ ਸਾਡਾ ਸਿਗੜ ਚ ਹੋਵੇ ਕੋਈ ਠੰਡ ਨਾ ਉੱਥੇ ਮੀਂਹ ਦੇ ਵਿੱਚ ਨੇ ਆ ਕੇ ਸਾਨੂੰ ਹੌਸਲਾ ਹੋਇਆ ਵੀ ਆ ਗਿਆ ਸਾਰੀ ਰਾਤ ਸਾਨੂੰ ਹੋਟਲ ਦੇ ਕੱਢਣੀ ਪੈਣੀ ਬਾਹਰ ਗਾਰਾ ਗੋਰਾ ਸਟੇਸ਼ਨ ਤੇ ਜਿਵੇਂ ਕਹਿ ਦੀ ਨਾ 200 ਮੀਟਰ ਤੇ ਬੈਠੇ ਆਪਾਂ ਹੋਟਲ ਤੋਂ ਅੱਧਾ ਪਿੰਡ ਘੁੰਮ ਕੇ ਆ ਗਏ ਪਾਗਲ ਬਾਲਾ ਹੋ ਗਏ ਦਿਮਾਗ ਯਾਰ ਕੰਮ ਹੀ ਕਰਨਾ ਜੀ ਠੰਡ ਸੋਨੀ ਹੋ ਗਿਆ ਰਹਿੰਦਾ ਖੂੰਦਾ ਆਪਣਾ ਆਪਣਾ ਦਰਿਆ ਜੀ ਨੇ ਭੇੜੀ ਕੀਤੀ ਮੇਰੇ ਨਾਲ ਜਿਹੜਾ ਸਮੁੰਦਰ ਜਾ ਉਹ ਤੋਂ ਕੁੜੀ ਮਿਲ ਗਈ ਵਿਚਾਰੀ ਸਾਨੂੰ ਉੱਥੇ ਜਰਮਨ ਦੀ ਉਹਨੇ ਸਾਡੀ ਫੋਨ ਸਾਨੂੰ ਵਾਈ ਫਾਈ ਦੇ ਦਿੱਤਾ ਫੋਨ ਫੜਾ ਤਾ ਆਪਦਾ ਤੇ ਕਹਿੰਦੀ ਇਸ ਵਾਈ ਫਾਈ ਅਟੈਚ ਕਰਕੇ ਲੋਕੇਸ਼ਨ ਲੋਕੇਸ਼ਨ ਆਪਦੀ ਸੇਵ ਕਰ ਲਓ ਜਿਹੜੀ ਕਰਨੀ ਨਹੀਂ ਤਾਂ ਸਾਨੂੰ ਹੋਰ ਖੱਜਲ ਹੋਣਾ ਸੀ ਉਹ ਮਾਈ ਧੀ ਕਹਿੰਦੀ ਮੈਨੂੰ ਫੋਨ ਕਰਨਾ ਹੁੰਦਾ ਕਹਿੰਦੀ ਤੂੰ ਆਪ ਕਰ ਲਾ ਤੇ ਉਹਦੀ ਭਾਸ਼ਾ ਮੈਂ ਤਾਂ ਤੱਕ ਜੇ ਨਹੀਂ ਬਸ ਉਹਨੂੰ ਆਨ ਕਰ ਲਿਆ ਤੇ ਉਹ ਕੁਦਰਤੀ ਆਪਣਾ ਹੋ ਗਿਆ ਤੇ ਬਸ ਸਾਡਾ ਆਪਣਾ ਕਿਸਮਤ ਚੰਗੀ ਸੀਗੀ ਕਰ ਕੁਰਕੇ ਆ ਗਿਆ ਜਸ ਜਿਹੜੇ ਸਾਈਪ੍ਰਸ ਅਸਾਈਲਮ ਵਾਲੇ ਆ ਉਹਨਾਂ ਦਾ ਕੀ ਹੋ ਸਕਦਾ ਮੁੰਡਾ ਕਹਿੰਦਾ ਐਂਟਰੀ ਨਹੀਂ ਦਿੰਦੇ ਅਸਾਈਲਮ ਵਾਲੇ ਸਾਈਲਮ ਵਾਲੇ ਬਹੁਤ ਬੰਦੇ ਆ ਉੱਥੇ ਸਾਈਪ੍ਰਸ ਜਿਹਨਾਂ ਦੇ ਪੇਪਰ ਨਹੀਂ ਹੁੰਦੇ ਉਹਦਾ ਭਰਿਆ ਪਿਆ ਪੂਰਾ ਹੀ 190 ਬੰਦੇ ਆ 190 ਬੰਦੇ ਅਸਾਈਲਮ ਵਾਲੇ ਹੀ ਆ ਯਾਰ ਉੱਥੇ ਇੱਥੇ ਇਹ ਦੇਖਿਆ ਨਾ ਸਾਰਾ ਹਿਸਾਬ ਤਾ ਇੱਥੇ ਰਮਾਨੀਆ ਚ ਮਿਲ ਜਾਂਦੀ ਸਾਈਲਮ ਰਮਾਨੀਆ ਤਾਂ ਬਹੁਤ ਘੱਟ ਆ ਇੱਥੇ ਕਾਹਦੇ ਪਾਸੇ ਬੜੀ ਆ ਬੰਦਿਆਂ ਦਾ ਹੱਲ ਹੋਇਆ ਨੀ ਜਸ ਯਾਰ ਬੰਦਿਆਂ ਦਾ ਹੱਲ ਜਿਹੜੇ ਬੰਦੇ ਨੇ ਸੱਦੇ ਆ ਹੱਲ ਉਹਨੇ ਕਰਨੇ ਉਹ ਤਾਂ ਹੁਣ ਜਸ ਵੀਰੇ
ਮੈਨੂੰ ਨਾ ਫੋਨ ਆਇਆ ਸੀ, ਮੁੰਡਾ ਸੀ ਇੱਕ ਬੁੱਕਾ ਰਿਸ਼ਤਾ ਆਪਣਾ, ਤੇ 3 ਕੁ ਸਾਲ ਹੋ ਗਏ ਉਹਨੂੰ, ਤੇ ਉਹਦੀ ਫੈਮਿਲੀ ਵੀ ਇੱਥੇ ਹੀ ਆ, ਤੇ ਫੈਮਿਲੀ ਉਹਦੀ ਹੋਣੀ ਆਈ ਆ, ਮਹੀਨਾ ਕੀ ਹੋਇਆ ਜੇ, ਤੇ ਉਹ ਯਾਰ ਆਪਣਾ ਕੋਈ ਕੰਮ ਕਾਰ ਉਹਨਾਂ ਨੇ ਸ਼ੁਰੂ ਕਰਨਾ, ਤੇ ਉਹ ਮੈਨੂੰ ਦੱਸ ਵੀ ਕਿੱਦਾਂ ਕੋਈ ਬਿਜ਼ਨਸ ਸ਼ੁਰੂ ਕਰਨ ਤੇ ਕੀ ਕਰਨ ਉਹ। ਠੀਕ ਹੈ, ਮੈਂ ਤੇਰਾ ਨੰਬਰ ਦੇ ਦੂੰਗਾ। ਉਹਦਾ ਖਰਚਾ ਕਿੰਨਾ ਕੁ ਆ ਜਾਂਦਾ ਜੇ ਲਾਇਸੈਂਸ ਲਾਇਸੂੰਸ ਬਣਾਉਣਾ ਹੋਵੇ ਤਾਂ? ਠੀਕ ਆ, ਮੱਕੜੀ ਆਇਆ ਸੀ ਆਪਣਾ, ਮੱਕੜੀ ਨੂੰ ਕਹਿ ਦਿੰਦੇ, ਪੁੱਛ ਲੈਂਦੇ ਮੱਕੜੀ ਆਇਆ ਸੀ। ਇਹਦਾ ਨੰਬਰ ਹੈ, ਇਹਦਾ ਨੰਬਰ ਹੈ ਨਹੀਂ, ਮੈਂ ਤੋਂ ਇਹਦਾ ਨੰਬਰ ਮੈਨੇ ਦੇ ਦੇਣਾ, ਚਲੋ ਇਹਨੂੰ ਹਵਾ ਨੌਲੇਜ ਹੈਗੀ ਆ, ਚਲੋ ਇਹਦੀ ਵੀ ਕੰਪਨੀ ਆਪਦੀ ਚੱਲਦੀ, ਬਿਜ਼ਨਸ ਹੈਗਾ। ਉਹ ਪੁੱਛਦੇ ਕਹਿੰਦੇ ਕੋਈ ਬੰਦਾ ਹੈਗਾ ਬਿਜ਼ਨਸ ਵਾਲਾ ਮੈਨੂੰ ਦੱਸ, ਅਤੇ ਮੈਂ ਕਿਹਾ ਯਾਰ ਕੁਝ ਪਤਾ ਨਹੀਂ ਹੈਗਾ ਵੀ ਹੁਣ ਕਿਹੜੇ ਬੰਦੇ ਦਾ ਬਿਜ਼ਨਸ ਆਪਣਾ, ਹੈ ਨਾ, ਵੀ ਅਸੀਂ ਤਾਂ ਸਾਰੇ ਦਿਹਾੜੀਦਾਰ ਹੀ ਹਾਂ, ਦਿਹਾੜੀ ਡੱਪੇ ਵਾਲੇ ਹੀ ਹਾਂ ਅਸੀਂ ਤਾਂ ਸਾਰੇ, ਵੀ ਸਾਡੇ ਤਾਂ ਮੈਂ ਦੱਸਿਆ, ਮੈਂ ਕਿਹਾ ਬਰੋਸ਼ਰ ਵਿੱਚ ਤਾਂ ਕੋਈ ਇੰਡੀਅਨ ਹੈ ਨਹੀਂ ਜਿਹਦਾ ਬਿਜ਼ਨਸ ਹੋਵੇ। ਮੁਕੇਸ਼ ਬਾਬਾ ਭਾਟੀਆ ਦਾ ਤੂੰ ਰਿਸ਼ਤੇਦਾਰ ਹੋਵੇ ਤਾਂ ਜਪਾਨ ਦਾ ਵੀ ਆ। ਜਸ ਭਾਜੀ ਆ ਮੁੰਡੇ ਨਾਲ ਗੱਲ ਕਰਿਓ, ਮੇਰੇ ਰੂਮ ਚ ਮੁੰਡਾ ਨਾਲ ਕਰਵਾ ਦੇ, ਕਰਵਾ ਦੇ ਵੀਰੇ, ਕਰਵਾ ਦੇ ਦਾ ਆਪਣਾ ਕਰਵਾ ਦੇ। ਠੀਕ ਆ ਬਸ ਵਧੀਆ ਭਾਜੀ ਪਏ ਆ। ਭਾਜੀ ਮੁੰਡੇ ਨੇ ਜਾਣਾ ਆ ਕੁਰਤੇ ਵਾਲੇ ਪੇਪਰ ਲੌਕ ਕਰਾਏ ਆ ਕੁਰਤੇ ਵਾਲੇ, ਤੇ ਉਹਨੇ ਜਾਣਾ ਆ ਤੇ ਕੰਟੈਕਟ ਲਵਾਉਣਾ ਪਊਗਾ ਜਾਂ ਨਹੀਂ ਭਲਾ ਕੰਮ ਵਾਸਤੇ? ਅਸ਼ੋਤਾ ਕੌਣ ਆ ਯਾਰ? ਇਹ ਸਾਲਾ ਮੇਰਾ, ਇਹ ਸਾਲਾ ਮੇਰਾ, ਹਾਂ ਇਹ ਸਾਲਾ ਮੇਰਾ ਛੋਟਾ, ਤੇ ਹੁਣ ਮੇਰਾ ਡੈਡੀ ਜਿਹੜਾ ਇੰਡੀਆ ਇਹਨਾਂ ਦੇ ਘਰੇ ਗਿਆ ਹੋਇਆ। ਮੇਰਾ ਪਾਪਾ ਵੀ ਹੈਗਾ ਫੌਜੀ ਰਿਟਾਇਰ ਆ, ਉਹਨੂੰ ਵੀ ਭੇਜ ਦੇ, ਉਹਨੂੰ ਵੀ ਭੇਜ ਦੇ ਇਹਨਾਂ ਦੇ ਘਰੇ। ਹਾਂ ਬੇਵਕੂਫ ਸਾਲੇ ਬਈ, ਓਏ ਛੋਟੇ ਮੇਰੀ ਮੇਰੀ ਲਾਈਵ ਤੇ ਆ ਗਈ, ਠੀਕ ਆ, ਜਸ ਭਾਜੀ ਦੀ ਲਾਈਵ ਆ, ਤੇ ਇਹਦੀ ਲਾਈਵ ਖਰਾਬ ਨਾ ਕਰੋ, ਇਹ ਕਿੱਥੇ ਕੋਈ ਕੰਮ ਦੀਆਂ ਗੱਲਾਂ ਹੁੰਦੀਆਂ, ਹਨਾ, ਤੇ ਆ ਜੀ ਮੇਰੀ ਲਾਈਵ ਤੇ, ਮੈਂ ਤੈਨੂੰ ਧਰਦੀ ਰੁਪਈਆ ਜਿਹੜਾ ਧਰਨਾ ਹੋਇਆ ਤੂੰ, ਠੀਕ ਆ, ਮਾੜੀ ਗੱਲ ਆ, ਫੋਨ ਨੰਬਰ ਦੇ ਦੇ ਤੈਨੂੰ, ਕੱਲ ਨੂੰ ਟੱਕਰ ਲੈਣੀ ਸਾਡਾ ਆਪਣਾ ਸਿਮ ਹੈ ਆਪਣਾ, ਕੋਈ ਬੰਦਾ ਯਾਰ ਨੇਪਾਲ ਤੋਂ ਯਾਰ ਬਾਈ ਬਾਰ ਬਾਰ ਪੁੱਛ ਨਹੀਂ ਆ, ਦੱਸ ਦੀ ਲਾਈਵ ਤੇ ਨਾ ਆ ਕੇ ਗੰਦ ਪਾਉਣੇ ਸਾਲੇ ਚਵਲ, ਚਲ ਇੱਕ ਵਾਰੀ ਚੱਲ ਉਹਨੂੰ ਦੱਸਤਾ, ਚੱਲ ਕੋਈ ਗੱਲ ਨੀ, ਇੱਕ ਵਾਰੀ ਉਹਨੂੰ ਦੱਸਤਾ ਦੁਬਾਰੇ ਫਿਰ। ਇਹ ਮੇਰੇ ਵੱਡੇ ਸਾਲੇ ਨੇ ਭੇਜਿਆ ਹੋਣਾ ਇਹਨੂੰ, ਮੁੜ ਕੇ ਜਵਾਨ ਆਪਦੀ ਪਤਾ ਕੀ ਆ ਹੁਣ, ਕਈ ਚੱਲ ਬੱਚੇ ਸੁਣੀ ਜਾਂਦੇ ਦੱਸ, ਆਪਣਾ ਇਹਦੇ ਕਈ ਬੰਦੇ ਬੈਠੇ ਆ, ਚੰਗੇ ਨੀ ਲੱਗੀ ਦਾ ਆਪਾਂ ਜੇ ਹੁਣ ਭੌਂਕਦੇ ਆ ਤਾਂ। ਹਾਂ ਵੀਰੇ, 5 ਸਾਲ ਬਾਅਦ 5 ਸਾਲ ਦੀ ਆਈਡੀ ਮਿਲ ਜਾਂਦੀ ਵੀਰੇ, ਕੋਈ ਚੱਕਰ ਨਹੀਂ ਹੈਗਾ, ਪਰਸਨਲ ਕਰ ਲਓ ਕੋਈ ਗੱਲ ਨਹੀਂ। ਵੀਰੇ ਮੈਨੂੰ 4 ਸਾਲ ਹੋਏ, ਮੈਂ ਤਾਂ ਆਪ ਅਗਲੇ ਸਾਲ PR ਬਣਾਂ, ਅਗਲੇ ਸਾਲ ਦੱਸਾਂਗੇ ਜਿਹਨਾਂ ਨੂੰ ਹੋਈ PR ਮਿਲੀ ਆ, ਸੌਖਾ ਪ੍ਰੋਸੈਸ ਆ, PR ਦਾ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ, ਪਾਸਪੋਰਟ ਦਾ ਤੁਹਾਨੂੰ ਦੇਖਣਾ ਉੱਥੇ ਤੋਂ। ਸੋਤਾ ਮੈਂ ਕੱਲ ਨੂੰ ਭੇਜਦਾ ਡੈਡੀ ਆਪਦੇ ਨੂੰ ਤੁਹਾਡੇ ਘਰੇ, ਉੱਧਰ ਦਸ ਬੰਦਾ ਚੱਕ ਇੱਥੋਂ ਲਾਈਵ, ਫਿਰ ਮੈਂ ਗਾਲਾਂ ਕੱਢੀਆਂ ਪੈ ਜਾਣੀਆਂ ਫਿਰ ਖਰਾਬ ਕਰੂਗਾ ਮੈਂ ਨਾ, ਮੈਂ ਤੇਰਾ ਕਿਉਂਕਿ ਘਰੇ ਨਿਆਣੇ ਨਿੱਕੇ ਵਾਲੇ, ਮੈਂ ਤਾਂ ਗਾਲਾਂ ਨਹੀਂ ਕੱਢਦਾ ਇਹਨੂੰ, ਉੱਦਾਂ ਮੈਂ ਆਪਦੇ ਡੈਡੀ ਨੂੰ ਭੇਜ, ਇਹਨੂੰ ਬੋਏ ਮਿਊਟ ਕਰ, ਇਹਦਾ ਡੈਡੀ ਨੂੰ ਮੈਂ ਆਪਣੇ ਨੂੰ ਭੇਜੂਗਾ ਜੀ ਘਰੇ ਬੈਠਾਂਗਾ, ਤੇ ਹਾਂ ਹੋਰ ਹੀ ਗੱਲ ਆ, ਉਦਾਂ ਵੀ ਮੈਥੋਂ ਆਪਣੇ ਕਿਸੇ ਦੀ ਲਾਈਵ 'ਚ ਨਾ ਬੋਲਿਆ ਬੰਦਾ ਕੋਈ ਆ ਗਿਆ, ਮੈਂ ਤਾਂ ਬੋਲਿਆ ਗਿਆ
ਉਹ ਮੈਨੂੰ ਕਹਿੰਦੇ ਵੀ ਤੂੰ ਇਗਨੋਰ ਕਰਿਆ ਕਰ ਉਹਦੇ ਉਹਨਾਂ ਨੇ ਮੈਨੂੰ ਕਹੀ ਆਪਣਾ ਆ ਤੂੰ ਆਪਣਾ ਪਹਿਲਾਂ ਆਏ ਆ ਚੋਪੜੇ ਆਪਣਾ ਚੋਪੜਾ ਓਏ ਉਹਨੇ ਲਾਈਵ ਜੂ ਆ ਗਿਆ ਸੀਗਾ ਮੰਮੀ ਇਹਦੀ ਉੱਥੇ ਤੁਰੀ ਫਿਰਦੀ ਆ ਤੂੰ ਭਾਲਦੀ ਫਿਰਦੀ ਬੰਦਾ ਭੈਣ ਦਾ ਯਾਰ ਚਵਲ ਸਾਲਾ ਮੈਂ ਕਹਿੰਦਾ ਨਾ ਮੈਂ ਗੰਦ ਪਕਾ ਇਹਨਾਂ ਨਾਲ ਪਰਸਨਲੀ ਮਿਲ ਲਓ ਵੀਰੇ ਜਦੋਂ ਮਿਲਣਾ ਆਪਣਾ ਜੇ ਇੱਥੇ ਹੈਗੇ ਆਪਾਂ ਐਡਰੈਸ ਸਾਨੂੰ ਪਤਾ ਹੀ ਆ ਚਵਲ ਲੋਕ ਇੱਥੇ ਕੋਈ ਕੰਮ ਕਰਦੀ ਗੱਲ ਕਰਨ ਦੇ ਅਸੀਂ ਕੋਈ ਵੀਜੇ ਦੀ ਕੋਈ ਲੈਣ ਦੇਣ ਸੌ ਕਿਸੇ ਦਾ ਕੋਈ ਕਿਸੇ ਨੂੰ ਹੈਲਪ ਲੋੜ ਇੱਥੇ ਕੋਈ ਕਿਹੜਾ ਇੱਥੇ ਕੋਈ ਅਸੀਂ ਕੋਈ ਇੱਥੇ ਚੱਜ ਦੀ ਗੱਲ ਕਰਨ ਨੂੰ ਬੈਠੇ ਹਾਂ ਜਦੋਂ ਓਦਾਂ ਦੀ ਗੱਲ ਕਰਨ ਨੂੰ ਬੈਠਾਂਗੇ ਵੀ ਓਦਾਂ ਦਾ ਤੂੰ ਆ ਜੀ ਹੈ ਨਾ ਇੱਥੇ ਤਾਂ ਅਸੀਂ ਲੋਕ ਸੌ ਕੁਆਸ਼ਨ ਕਰਦੇ ਆ ਇਹ ਅੱਜ ਚਵਲਾਂ ਮਾਰਨ ਆ ਜਾਂਦੇ ਉਹੀ ਆ ਨਾ ਆਪਣੀ ਮਿਹਨਤ ਕਰਕੇ ਆਪਣੇ ਪੈਰਾਂ ਸਿਰ ਹੋਇਆ ਵਾ ਕੋਈ ਵਧੀਆ ਜ਼ਿੰਦਗੀ ਜੀ ਰਿਹਾ ਤੇ ਇਹ ਲੇਬਰ ਲੂਬਰ ਕਰਨ ਵਾਲੇ ਬੰਦੇ ਜਿਹੜੇ ਗੱਟਰ ਗੁਟਰ ਸਾਫ ਕਰਦੇ ਤੇ ਇਹਨਾਂ ਨੂੰ ਮੁੜ ਕੇ ਦੂਜੇ ਬੰਦੇ ਕੋਈ ਬਰਦਾਸ਼ਤ ਨਹੀਂ ਹੁੰਦਾ ਹੁਣ ਇੱਥੇ ਅਸੀਂ ਕੋਈ ਕੰਮ ਦੀ ਗੱਲ ਹੀ ਕਰਦੇ ਕੋਈ ਅਸੀਂ ਹਾਸਾ ਮਜ਼ਾਕ ਨਹੀਂ ਕਰਦੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦੇ ਅਸੀਂ ਸਿਰਫ ਨੌਲੇਜ ਦੀ ਗੱਲ ਕਰਨ ਨੂੰ ਬੈਠੇ ਹੈ ਨਾ ਜੇ ਤੈਨੂੰ ਨਹੀਂ ਪਸੰਦ ਹਾਂ ਤੁਸੀਂ ਚੱਲ ਜਾਓ ਇੱਥੋਂ ਆਪਣਾ ਲਾਈਵ ਦੇ ਜਿੱਥੇ ਹੈਗਾ ਓਦਾਂ ਦਾ ਗੰਦ ਉੱਥੇ ਜਾਓ ਖਾਂ ਮੁਕੇਸ਼ ਵੀਰੇ ਇਹਦਾ ਹੈ ਸਹੀ ਗੱਲ ਆ ਉਹਦੀ ਗੱਲ ਸਹੀ ਆ ਮੁਕੇਸ਼ ਦੀ ਮੁਕੇਸ਼ ਦੀ ਗੱਲ ਸਹੀ ਆ ਜਿੱਦਾਂ ਦੀ ਸੋਚ ਹੋਈ ਉਸ ਤਰ੍ਹਾਂ ਦੀ ਬੋਲੀ ਬੋਲਣੀ ਉਹ ਨਹੀਂ ਭਾਜੀ ਉਹ ਪਤਾ ਮੈਨੂੰ ਮੈਂ ਇਹਨੂੰ ਜਾਣਦੇ ਸੀ ਇੱਦਾਂ ਦਾ ਨਹੀਂ ਬੰਦਾ ਉਹ ਜਾਣਦਾ ਜਿਹੜੇ ਬੰਦੇ ਨੇ ਮੈਸੇਜ ਕੀਤਾ ਮੈਂ ਜਾਣਦਾ ਉਹਨੂੰ ਅਮਨ ਮਾਰੀ ਅਮਨ ਕਿਵੇਂ ਹਾਲ ਆ ਬਾਬਾ ਆਪਣਾ ਸੁਣਿਆ ਠੀਕ ਹੈ ਬਾਗੜ ਬਿੱਲਾ ਇੱਕ ਇਹਦਾ ਵੀ ਵੀਜ਼ਾ ਲਵਾਉਣਾ ਵਾ ਪਹਿਲਾਂ ਇਹਦਾ ਪਾਸਪੋਰਟ ਫ੍ਰੀ ਕਰਾਉਣਾ ਵਾ ਇਹਦੇ ਵਿਚਾਰ ਵਟਾਂਦਰਾ ਕਰੋ ਕਿ ਇਹਦਾ ਪਾਸਪੋਰਟ ਕਿੱਦਾਂ ਆਜ਼ਾਦ ਕਰਾਈਏ ਨਹੀਂ ਗੱਲ ਬਣੂ ਤੇ ਇਹਦੀ ਕੰਪਨੀ ਮੋਰੇ ਧਰਨਾ ਦੇਵਾਂਗੇ ਜਾ ਕੇ ਠੀਕ ਆ ਬਾਕੀ ਜੇ ਤੂੰ ਵੀਰੇ ਕੁਲਤਾਨਸਾ ਵਾਲੇ ਵੀਰੇ ਬਾਗੜ ਵੇਲੇ ਜੇ ਤੂੰ ਜਾਣਾ ਵਾ ਬਲਗਾਰੀਆ ਤੈਨੂੰ ਬਿਨਾਂ ਪਾਸਪੋਰਟ ਤੋਂ ਆਈਡੀ ਤੋਂ ਵੀ ਐਂਟਰ ਕਰਾ ਦਿੰਦੇ ਗੱਲ ਕਰ ਮੈਂ ਜਾ ਕੇ ਆਇਆ ਬਿਨਾਂ ਆਈਡੀ ਪਾਸਪੋਰਟ ਤੋਂ ਮੈਂ ਗੇੜਾ ਗੇੜਾ ਕੱਢ ਕੇ ਆਇਆ ਬਲਗਾਰੀਆ ਚ ਇਹ ਵੀ ਹੈਗਾ ਹਾਂ ਇਹ ਵੀ ਹੱਲ ਹੈਗਾ ਹਾਂ ਜੇ ਕੱਲੇ ਪਾਸਪੋਰਟ ਤੇ ਜਾਣਾ ਉਹਦਾ ਵੀ ਹੱਲ ਹੈਗਾ ਗਾ ਵੀ ਤੇਰੇ ਕੋਲ ਆਈਡੀ ਨਹੀਂ ਦਿੰਦਾ ਤੇਰਾ ਜੇ ਤੈਨੂੰ ਪਹਿਲਾਂ ਪਾਸਪੋਰਟ ਦੇਤਾ ਬਿਨਾਂ ਆਈਡੀ ਤੋਂ ਬਿਨਾਂ ਆਈਡੀ ਪਾਸਪੋਰਟ ਦੋਨਾਂ ਤੋਂ ਖਾਲੀ ਹੱਥ ਵੀ ਤੇਰਾ ਬਲਗਾਰੀਆ ਚ ਗੇੜਾ ਕਢਾ ਦਾਂਗੇ ਲੋਕੇਸ਼ਨ ਚੈੱਕ ਕਰ ਲਈ ਦੇਖ ਲਈ ਵੀ ਬਲਗਾਰੀਆ ਚ ਐਂਟਰ ਹੋ ਗਿਆ ਕਿ ਨਹੀਂ ਤੂੰ ਭਾਵੇਂ ਤੈਨੂੰ ਰੂਸੇ ਤੋਂ ਹੀ ਮੋੜ ਕੇ ਲਿਆਉਣਾ ਪਵੇ ਤੇ ਤੈਨੂੰ ਬਲਗਾਰੀਆ ਮੋੜ ਕੇ ਲਿਆਵਾਂਗੇ ਨਾ 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 ਚਿਹਰੇ ਮਜ਼ਾਕ ਨਹੀਂ ਬਿਨਾਂ ਪਾਸਪੋਰਟ ਬਿਨਾਂ ਆਈਡੀ ਤੋਂ ਮੈਂ ਇਸ ਬੰਦੇ ਦੀ ਐਂਟਰੀ ਕਰਾ ਦੂੰ ਇਹ ਇਹ ਆਪਣਾ ਮੈਪ ਖੋਲ ਲਵੇ ਦੇਖ ਲਵੇ ਮੈਂ ਇਸ ਟਾਈਮ ਕਿੱਥੇ ਖੜਾ ਵਾ ਬਾਬੇ ਹਵਾਈ ਜਹਾਜ਼ ਨਹੀਂ ਭੇਜੀਏ ਹੈਲੀਕਾਪਟਰ ਨਹੀਂ ਭੇਜੀਏ ਨਹੀਂ ਤੇ ਮੇਰੀਆਂ ਵੀਡੀਓ ਦੇਖ ਲਈ ਅਗਸਤ ਵਾਲੀਆਂ ਜੁਲਾਈ ਅਗਸਤ ਵਾਲੀਆਂ ਬਿਨਾਂ ਆਈਡੀ ਬਿਨਾਂ ਪਾਸਪੋਰਟ ਤੋਂ ਗਿਆ ਸੀ ਮੈਂ ਬਲਗਾਰੀਆ ਚ ਬਾਰਡਰ ਕ੍ਰੋਸ ਕਰ ਗਿਆ ਸੀ ਨਹੀਂ ਉਹ ਯਾਰ ਉੱਥੇ ਜਿਹੜੇ ਸ਼ਿਪ ਵਾਲ ਲੋਕਲ ਟੂਰਿਸਟ ਵਾਲੇ ਉਹ ਚਲੇ ਜਾਂਦੇ ਅੰਦਰ ਬਲਗਾਰੀਆ ਦੀ ਹੱਦਰ ਜਾਂਦੇ ਆ ਉੱਥੇ ਆਰਮੀ ਲੱਗੀ ਬਲਗਾਰੀਆ ਦੀ ਉੱਥੋਂ ਮੋੜ ਕੇ ਲਿਆਉਂਦੇ ਆਹੋ ਦੂਜੀ ਯਾਰ ਸਾਨੂੰ ਉੱਥੇ ਆਪਣਾ ਉਹ ਘੇਰਿਆ ਸੀਗਾ ਪੁਲਿਸ ਵਾਲਿਆਂ ਨੇ ਮੈਂ ਨਾ ਬਿੱਲੀਆਂ ਜੀ ਨੂੰ ਮੌਜ ਨਾ ਭੈਣ ਆਪਣਾ ਉਹ ਖਵਾਈ ਜਾਵਾਂ ਕੀ ਮੂੰਗਫਲੀ ਦੇ ਦਾਣੇ ਜੇ ਬਿੱਲੀਆਂ ਫੜ ਕੇ ਦੋ ਤਿੰਨ ਉਹ ਮੇਰੇ ਕੋਲੇ ਆ ਗਿਆ ਕਹਿੰਦਾ ਹਾਂ ਦੱਸ ਮੈਂ ਕਹਿੰਦਾ ਮੈਂ ਕਿਹਾ ਕੀ ਹੋਇਆ ਹੈਗਾ
ਕਹਿੰਦਾ ਇੱਥੇ ਕਿਵੇਂ? ਮੈਂ ਕਿਹਾ ਮੈਂ ਤਾਂ ਘੁੰਮਣ ਆਇਆ ਹੋਵਾਂਗਾ, ਮੈਂ ਤੈਨੂੰ ਦੋ ਤਿੰਨ ਦਿਨ ਹੀ ਦੇਖ ਲਿਆ, ਕਹਿੰਦਾ ਤੂੰ ਇੱਥੇ ਖੜਾ ਹੋਗਾ। ਮੈਂ ਕਿਹਾ ਮੇਰੇ ਕੋਲ ਆਪਣਾ, ਕਹਿੰਦਾ ਤੇਰਾ ਪਾਸਪੋਰਟ ਕਿੱਥੇ? ਮੈਂ ਕਿਹਾ ਮੇਰੇ ਕੋਲ ਹੈਗਾ ਸਾਰਾ ਕੁਛ, ਕਹਿੰਦਾ ਦਿਖਾ। ਮੈਂ ਕਿਹਾ ਦੇਖ ਲਓ, ਪੰਮੇ ਵਰਗੀ ਵੀ ਨਾਲ ਹੀ, ਮੈਂ ਬਿੱਲੀਆਂ ਨੂੰ ਮੌਜ ਨਾ ਖਵਾਈ ਜਾਵਾਂ ਮੂੰਗਫਲੀ ਦਾਣੇ ਜੀ ਚੌਥੇ। ਮੈਂ ਆਪਣਾ ਧਿਆਨ ਨੀ ਦਿੱਤਾ ਉਹਨਾਂ ਦੀ, ਉਹ ਦੋ ਤਿੰਨ ਦਰੀ ਕਿਹੜਾ ਮਾਰ ਗਏ। ਬੁਲਗਾਰੀਆ, ਬੁਲਗਾਰੀਆ ਰੂਸੇ, ਰੂਸੇ ਆਪਣਾ ਉੱਥੇ ਸਮੁੰਦਰ ਦੇ ਕੰਢੇ ਖੜੇ ਸੀਗੇ, ਆਪਣਾ ਸਮੁੰਦਰ ਦੇ ਕੰਢੇ, ਉੱਥੇ ਬਿੱਲੀਆਂ ਹੀ ਆ ਗਈਆਂ ਦੋ ਤਿੰਨ, ਮੈਂ ਉਹਨਾਂ ਨੂੰ ਫੜ ਕੇ ਬੈਠਾ ਰਿਹਾ। ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਾ ਵੀ ਇਹ ਖਰੇ ਮੱਛੀਆਂ ਮੁੱਛੀਆਂ ਫੜਨ ਆਏ ਆ, ਮੱਛੀਆਂ ਨਹੀਂ ਮਛੇਰੇ ਆ, ਉਹਨਾਂ ਨੂੰ ਇਹ ਸ਼ੱਕ ਪੈ ਗਈ ਤੁਹਾਡੇ ਤੇ। ਉਹ ਜਿਹੜਾ ਸੇਤੀ ਸੀ ਆਪਣਾ ਸੇਤੀ, ਉਹ ਬਿੰਦੇ ਕੋਲ ਨਾ, ਉਹ ਕਿਸ਼ਤੀ ਜੀ ਕੋਲ ਜਾ ਰਿਹਾ, ਕਹਿੰਦਾ ਬਾਈ ਬਣ ਕੇ ਮੈਨੂੰ ਝੂਟਾ ਦਵਾ ਦੋ ਇੱਥੇ। ਉਹ ਮੈਂ ਕਿਹਾ ਭਰਾਵਾ ਬਣਦਾ ਸਾਰਾ ਕੁਛ, ਤੂੰ ਆ ਜਾ ਉਰੇ। ਉਹ ਮਾਦੇ ਪੁੱਤ ਨੇ ਤਿੰਨ ਚਾਰ ਗੇੜੇ ਦਿੱਤੇ ਉਹਦੇ ਕੋਲੇ, ਤੇ ਉਹ ਘੁੰਮ ਘੁਮਾ ਕੇ ਆ ਗਏ ਉੱਥੇ। ਕਹਿੰਦੇ ਚੱਕਰ ਕੀ ਹੈਗਾ? ਮੈਂ ਕਿਹਾ ਚੱਕਰ ਤਾਂ ਕੁਛ ਵੀ ਨੀ ਹੈਗਾ, ਕਹਿੰਦਾ ਪਾਸਪੋਰਟ ਹੈਗੇ? ਮੈਂ ਕਿਹਾ ਵੀ ਹੈਗੇ ਹੈਗੇ, ਕਹਿੰਦਾ ਪਾਸਪੋਰਟ ਦਿਖਾ। ਉਹਨੂੰ ਦਿੱਤੇ, ਉਹਨਾਂ ਚੈੱਕ ਜੀ ਕੀਤੇ, ਕਹਿੰਦੇ ਓਕੇ ਹੈਗੇ, ਫਿਰ ਜਾਂਦੇ ਫੋਟੋਆਂ ਵੀ ਖਿਚਾ ਕੇ। ਬਾਬਾ ਜੀ ਤੁਸੀਂ ਕਿਰਪਾ ਕਰਨੀ, ਤੁਹਾਡੇ ਡੱਬਾ ਲੈ ਕੇ ਆਉਣਾ ਇਹਨੇ। ਮੈਂ ਕਿਹਾ ਮੈਂ ਇਧਰੋਂ ਆਪਣਾ ਡੱਬਾ ਆਪਣਾ ਲੈ ਕੇ ਆਉਣਾ, ਮੈਂ ਦੂਜੀ ਪੇ ਆਪਣਾ ਕੀ ਕਹਿੰਦੇ ਟੋਕਰੀ ਬਣਵਾ ਕੇ ਲਿਆਉਣੀ, ਟੋਕਰੀ ਪੂਰੀ ਢੋਲ ਵਜਾਉਣ ਦੇ ਲਿਆਉਣਾ। ਹੋਈ ਕਹਿੰਦਾ ਗਾ ਉਹ ਵੀ ਕਹਿੰਦਾ ਪਹਿਲਾਂ ਜਾ ਕੇ ਜੀ ਹੁੰਦੀ ਸੀ ਗੱਲ ਕਰਨ ਲੱਗੇ, ਪਹਿਲੀ ਵਾਰ ਜਾ ਕੇ ਜੀ ਸੀਗੀ ਇਹਨਾਂ ਨਾਲ ਗੱਲ ਕਰਨ ਲੱਗੇ, ਹੁਣ ਕੋਈ ਚੱਕਰ ਨੀ ਹੈਗਾ। ਦੱਸ ਅਸਾਈਲਮ ਵਾਲਿਆਂ ਦਾ ਵਰਕ ਪਰਮਿਟ ਅਪਲਾਈ ਹੋ ਸਕਦਾ? ਬਾਜੀ ਅਸਾਈਲਮ ਵਾਲੇ ਦਾ ਬਾਅਦ ਨਹੀਂ ਆਪਾਂ ਸੌਰੀ ਦੱਸ ਸਕਦੇ ਨਹੀਂ, ਰਮਾਨੀਆ ਚ ਪੁੱਛਦਾ, ਜੇ ਰਮਾਨੀਆ ਇੱਥੇ ਆ ਜਾਣ ਤਾਂ ਫਿਰ ਹੋ ਸਕਦਾ ਭਾਈ ਹੈਗਾ ਇਹ ਕੰਮ ਵਾਧੂ। ਨਹੀਂ ਉਧਰੋਂ ਐਂਟਰੀ ਨਹੀਂ ਦਿੰਦੇ ਬਾਬਾ, ਉਹਨਾਂ ਨੇ ਰੋਕੇ ਹੈਗੇ ਸਾਡੇ ਨਾਲ ਹੀ ਆ ਆਪਣਾ। ਯਾਰ ਉਧਰੋਂ ਤਾਂ ਨਾਰਮਲ ਪਰਸਨ ਨੂੰ ਐਂਟਰੀ ਨਹੀਂ ਹੈਗੀ, ਜਿਹਦੇ ਕੋ ਪੇਪਰ ਵੀ ਹੈਗੇ ਆ, ਉਧਰੋਂ ਐਂਟਰੀ ਨਹੀਂ ਦਿੰਦੇ ਆ, ਕਿਉਂਕਿ ਸਾਡੇ ਸਾਹਮਣੇ ਘੇਰੇ ਆ ਨਾ ਮੁੰਡੇ ਆਪਣਾ ਸਾਈਪ੍ਰੈਸ ਦਾ ਆਪਣਾ, ਜਿਹੜੀ ਉਧਰ ਲਈ ਆਪਣਾ ਕੰਟਰੀ, ਜਿਹੜੇ ਉਧਰ ਲੋਕਲ ਸੀਗੇ ਜਿਹੜੀ ਉਹ ਭਾਸ਼ਾ ਬੋਲਦੇ ਸੀ, ਉਹਨਾਂ ਨੂੰ ਵੀ ਘੇਰ ਲਿਆ, ਉਹਨਾਂ ਨੇ ਗਰੀਕੀ ਭਾਸ਼ਾ ਵਾਲਿਆਂ ਨੂੰ ਜਿਹੜੀ ਗਰੀਕੀ ਬੋਲਦੇ ਸੀਗੇ ਉਹ ਵੀ ਘੇਰ ਲਿਓ ਆਪਣਾ। ਤੁਹਾਨੂੰ ਮੈਂ ਦੱਸੀ ਤਾਂ ਜਾਣਾ ਉਹ ਮੋਟੂ ਜਿਹਾ ਆਪਣਾ, ਉਹ ਵੀ ਘੇਰ ਲਿਓ ਉਹਨੇ, ਇੱਕ ਲੈਣ ਚਲਾ ਲਈ ਸਾਰੇ ਉਹ। ਬਾਅਦ ਚ ਨੀ ਪਤਾ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੀ ਨਹੀਂ ਕੀਤਾ, ਵੀ ਭੇਜਿਆ ਜਾਂ ਆਪਣਾ ਉੱਥੇ ਆਪਣਾ ਉੱਥੇ ਰੱਖ ਕੇ ਉੱਥੇ ਮੋੜਿਆ ਉਹਨਾਂ ਨੇ। ਉਹਨਾਂ ਨੇ ਲੰਘਣ ਨੀ ਦਿੱਤਾ ਉੱਥੋਂ, ਐਵੇਂ ਤੈਨੂੰ ਕਹਿ ਦਈਏ ਉਹਨਾਂ ਨੇ ਗੱਲ ਨੀ ਕਰਨ, ਗੱਲ ਕੀਤੀ ਨੀ ਉਹਨਾਂ ਨੇ, ਗੱਲ ਕਰ ਆਪਣਾ ਬੋਲੇ ਨੀ ਬੰਦੇ, ਉਹ ਬੋਲੇ ਨੀ ਆਪਣਾ ਜਿਹੜੇ ਵੀ ਸੀਗੇ ਉਹ ਆਪਣਾ ਉਹੀ ਗੱਲ ਕਹੀ ਜਾਏ, ਉਹ ਵਿੱਚ ਕੋਲ ਤਾਂ ਬੰਦੇ ਬੋਲੇ ਨੀ, ਉਹ ਗਰੀਕੀ ਵਾਲਾ ਜਿਹੜਾ ਸੀਗਾ, ਗਰੀਕੀ ਵਾਲਾ ਮੈਨੂੰ ਸਮਝ ਹੀ ਨੀ ਲੱਗਦੀ ਜਿਹੜੇ ਗਰੀਕੀ ਬੋਲਦੇ ਉੱਥੋਂ ਦਾ, ਉਹ ਕਹਿੰਦਾ ਮੈਨੂੰ ਨੀ ਕਹਿੰਦਾ ਪਾਸਾ ਲਾ ਗਿਆ ਆਪਣਾ, ਕਹਿੰਦਾ ਲਾ ਆਪਣਾ ਲਾ ਲਾ ਲਾ, ਕਹਿੰਦਾ ਨੂੰ ਆਏ ਜੇ ਉਹਨੇ ਹੱਥ ਮਾਰਤਾ, ਉਹ ਇੱਕ ਸਾਈਡ ਤੇ ਖੜਾ ਲਏ ਸਾਰੇ ਉਹ ਮੁੰਡਾ ਆਪਣਾ, ਉਹਨੇ ਮੁੰਡੇ ਨੇ ਪਤਾ ਨੀ ਬਾਅਦ ਚ ਉਹਨੇ ਕੀ ਕੀਤਾ, ਉਹਨੇ ਸਾਡੇ ਨਾਲ ਸਟੈਂਪਾਂ ਹੀ ਮਾਰ ਕੇ ਕਹਿੰਦਾ ਤੁਸੀਂ ਜਾਓ। ਬਾਅਦ ਚ ਪਤਾ ਨੀ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨਾਲ ਆਪਣਾ, ਉਹ ਉਹਨਾਂ ਨਾਲ ਪਰ ਮੈਨੂੰ ਇੰਨਾ ਪਤਾ ਵੀ ਉਹਨਾਂ ਨੂੰ ਨਹੀਂ ਲੰਘਣ ਦਿੱਤਾ। ਓਏ ਜਸ ਅਸੀਂ ਨਾ ਜਦੋਂ ਕਰੋਸ਼ੀਆ ਗਏ ਨਾ, ਸਾਡੇ ਨਾਲ ਕੁਛ ਬੰਦੇ ਸਟੂਡੈਂਟ ਵਿੱਚ ਚੰਨਾ ਚੰਨਾ ਪਿਆ, ਸਾਡੇ ਨਾਲ ਕੁਛ ਬੰਦੇ ਸਟੂਡੈਂਟ, ਤੇ ਜਦੋਂ ਸੁਣ ਐਂਟਰੀ ਮਿਲ ਗਈ ਤੇ ਅਸੀਂ ਪਹਿਲਾਂ ਹੀ ਰਾਇ ਕਰ ਲਈ ਤਿੰਨਾਂ ਨੇ। ਮੈਂ ਕਿਹਾ ਵੀ ਦੇਖ ਲਾਂਗੇ, ਵੀ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਚਲੋ ਮਾਣ ਨਹੀਂ ਕਰਦੇ, ਚਲੋ ਮੈਂ ਕਿਹਾ ਮੈਂ ਹੁੰਦਾ ਮੂਹਰੇ ਵੀ ਮੈਨੂੰ ਮਾੜਾ ਮੋਟ ਜੇ ਪੁੱਛਣਗੇ ਤੇ ਮੈਂ ਮਾੜਾ ਮੋਟ ਕਹਿ ਦੂੰਗਾ ਵੀ ਇਕੱਠੇ ਹੀ ਹਾਂ ਸਾਰੇ, ਜੋ ਵੀ ਕਰਕੇ ਅਸੀਂ ਮਾੜਾ ਮੋਟ ਸਕੀਮ ਜੀ ਲਾ ਕੇ ਚੱਲ ਗਏ, ਪਹਿਲੀ ਵਾਰ ਚੱਲੇ ਸੀ। ਚਲੋ ਸਾਨੂੰ ਤਾਂ ਉਹਨਾਂ ਨੇ ਰੱਬ ਦੀ ਕਿਰਪਾ ਰਹੀ ਵੀ ਕੋਈ ਜ਼ਿਆਦਾ ਨਹੀਂ ਪੁੱਛਿਆ ਉਹਨਾਂ ਨੇ, ਐਂਟਰੀ ਮਿਲ ਗਈ, ਅਸੀਂ ਚੁੱਪ ਕਰਕੇ ਐਂਟਰੀ ਮਿਲ ਗਈ, ਅਸੀਂ ਜਾ ਕੇ ਅੰਦਰ ਖੜ ਗਏ ਨੋਰਮਲ, ਕਿਉਂਕਿ ਰਾਤ ਸੀਗੀ, ਰਾਤ ਦੇ 11 ਵਜੇ ਸਾਰੀ ਰਾਤ ਸੌਣਾ ਤਾਂ ਅਸੀਂ ਉੱਥੇ ਸੀ ਏਅਰਪੋਰਟ 'ਤੇ। ਅਤੇ ਜਦੋਂ ਉਹ ਜਿਹੜੇ ਸਟੂਡੈਂਟ ਨੂੰ ਐਂਟਰੀ ਮਿਲੀ ਨਾ, ਉਹ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਜਿੱਦਾਂ ਨਵਾਜ਼ ਕਰਕੇ ਜੱਫੀਆਂ ਪਾਉਂਦੇ ਗਲੇ ਲਾ ਕੇ, ਕੋਂਗਰੈਚੁਲੇਸ਼ਨ ਪਈਆ, ਕੋਂਗਰੈਚੁਲੇਸ਼ਨ ਪਈਆ, ਮੇਰਾ ਤਾਂ ਮੇਰਾ ਨਿਕਲ ਗਿਆ। ਉਹ ਮੈਂ ਕਿਹਾ ਚੰਨੇ ਆਪਾਂ ਵੀ ਨਾਲ ਇੱਦਾਂ ਕਰ ਲਾ ਪਈਏ, ਮਤਲਬ ਉਹ ਘਰੋਂ ਤੱਕ ਕੇ ਆਏ ਸੀ ਵੀ ਉਹਨਾਂ ਨੂੰ ਐਂਟਰੀ ਨਹੀਂ ਮਿਲੂਗੀ ਮੇਰੇ ਹਿਸਾਬ ਨਾਲ, ਜਿੰਨੇ ਉਹ ਖੁਸ਼ ਹੋਏ ਉਹ ਜੱਫੀਆਂ ਪਾਪਾ ਮਿਲਿਆ ਇੱਕ ਦੂਜੇ ਨੂੰ। ਉਹ ਕੁੜੀ ਜਾਂਦੀ ਵਸਦੀ ਰਵੇ, ਉਹ ਜਿਹੜੀ ਆਪਣਾ ਇਮੀਗ੍ਰੇਸ਼ਨ ਵਾਲੀ ਬੈਠੀ ਸੀ, ਉਹਨੇ ਤਾਂ ਇਕੱਲੀ ਬਸ ਸ਼ਕਲ ਦੇਖੀ, ਕਹਿੰਦੀ ਵੀ ਆਪਣਾ, ਕਹਿੰਦੀ ਮੇਰੇ ਆਪਣਾ ਉਹਨੇ ਐਂ ਜੇ ਕੀਤਾ ਵੀ ਮੇਰੀ ਅੱਖਾਂ ਚੱਖਾਂ ਚ ਆ ਕੇ ਇੱਧਰ ਝਾਕ,
ਮੈਂ ਉਹਨੇ ਕਰਕੇ ਸਟੈਂਪ ਜੀ ਮਾਰ ਕੇ ਤੋੜਦਾ ਮੈਂ ਕਿਹਾ ਸ਼ੂਰ ਆਪਣਾ ਠੀਕ ਹੈ ਉਹ ਤਾਂ ਕਿਹਾ ਉਹ ਸਾਨੂੰ ਨੀ ਕਿਹਾ ਅੱਖਾਂ ਵਾਲਾ ਇਕੱਲਾ ਇਹਨੂੰ ਕਿਹਾ ਉਹਨੇ ਦੇਖ ਸਭ ਤੋਂ ਸੋਹਣਾ ਕਿਹੜਾ ਇਹਨਾਂ ਚ ਤੇ ਅਸੀਂ ਕਹਿਤਾ ਇਹੀ ਆ ਤੇ ਉਹਨੇ ਫਿਰ ਇਹਨੂੰ ਕਿਹਾ ਤੂੰ ਅੱਖਾਂ ਚੱਖਾਂ ਪਾ ਲਾ ਹੁਣ ਤੈਨੂੰ ਪਤਾ ਤਾਂ ਹੈ ਮੇਰੀ ਫੋਟੋਆਂ ਦਾ ਕੀ ਚੱਕਰ ਪਿਆ ਵਾਗਾ ਪਾਸਪੋਰਟ ਤੇ ਇੱਕ ਹਿਸਾਬ ਤਾਂ ਵਾਗਾ ਜਿਹੜੀ ਆਈ ਡੀ ਤੇ ਮੇਰੇ ਤੋਂ ਇੱਕ ਕੇਸ ਹੋਇਆ ਵਾ ਤੈਨੂੰ ਪਤਾ ਹੀ ਹੈਗਾ ਕਿਹੜਾ ਕੇਸ ਹੋ ਗਿਆ ਸੀਗਾ ਆਈ ਡੀ ਤੇ ਨੋਰਮਲ ਖੜੇ ਨੂੰ ਓਦਾਂ ਚੱਕਰ ਚੱਕਰ ਪੈ ਜਾਂਦਾ ਪਾਸਪੋਰਟ ਉਹਦਾ ਕਿੱਥੋਂ ਵੀਜ਼ਾ ਕਿੱਥੋਂ ਸਟੈਂਪ ਹੋਊਗਾ ਸੀ ਵੀਜ਼ਾ ਸਟੈਂਪ ਕਿੱਥੋਂ ਆਊਗਾ ਵੀਜ਼ਾ ਸਾਈਪ੍ਰਸ ਤੋਂ ਹੋਣਾ ਸਾ ਉੱਥੇ ਅਸਾਈਲਮ ਤੇ ਉਹਦਾ ਹੋ ਜਾਣਗੇ ਕਰ ਦੇਣਗੇ ਅਸਾਈਲਮ ਅਸਾਈਲਮ ਅਪਲਾਈ ਕੀਤੀ ਹੋਈ ਉਹਦੀ ਆਪਣਾ ਯਾਰ ਪਿੱਛੇ ਇਹਨੇ ਖਬਰ ਤਾਂ ਇਹ ਆਪਣਾ ਸਾਈਪ੍ਰਸ ਤੋਂ ਵੀ ਹੋਣਗੇ ਤਾਂ ਲੱਗੇ ਪਨੇ ਕੀ ਹੁਣ ਤੇ ਥੋੜੀ ਵੇ ਨਾ ਭਾਜੀ ਲੱਗਦਾ ਹੁਣ ਹੁਣ ਦੁਰਗਾ ਰੰਗੀਲਾ ਸਮਝ ਲਿਆ ਉਹ ਬੱਸ ਬਈ ਵੇ ਉਹ ਬੱਸ ਜਸ ਇਹਦਾ ਨਾ ਮਾਰਚ ਵਿੱਚ ਤੇ ਮੇਰੀ ਜਿੱਦਣ ਫਲਾਈਟ ਹੋਈ ਤੇ ਮੇਰਾ ਇਰਾਦਾ ਇਹਨਾਂ ਨੂੰ ਮੈਂ ਨਾਲ ਹੀ ਲੈ ਕੇ ਜਾਵਾਂ ਅਪਾਰਟਮੈਂਟ ਲੈ ਕੇ ਤੇ ਇਹਨਾਂ ਨੂੰ ਪਹਿਲਾਂ ਦਵਾਈਏ ਵੀਜ਼ੇ ਜਪਾਨ ਦੇ ਇੱਕ ਤੇ ਦੀ ਟਰੈਵਲ ਹਿਸਟਰੀ ਮੱਚ ਬੈਟਰ ਆ ਜਪਾਨ ਦਾ ਵੀਜ਼ਾ ਹੋ ਗਿਆ ਤੇ ਫਿਰ ਇਹਦਾ ਕਰਾਂਗੇ ਆਪਾਂ ਸ਼ੈਨਗਨ ਦਾ ਕਿਉਂਕਿ ਇਹਨਾਂ ਨੂੰ ਮਾੜਾ ਹੌਸਲਾ ਜਿਹਾ ਹੋ ਜਾਊਗਾ ਵੀ ਇੱਕ ਵੀਜ਼ਾ ਪਾਸ ਕੋਲੇ ਲੱਗਾ ਹਰੇ ਰੰਗ ਕਿੰਨੇ ਪੇਜ ਖਾਲੀ ਆ ਤੇਰੇ ਪਾਸਪੋਰਟ ਦੇ ਪੇਜ ਕਿੰਨੇ ਖਾਲੀ ਆ ਉਹ ਨਵਾਂ ਹੀ ਆਇਆ ਤੇ ਪਹਿਲੀ ਵਾਰੀ ਆਇਆ ਕਿਹੜੇ ਕਿਤੇ ਗਿਆ ਖਾਲੀ ਪਾਸਪੋਰਟ ਇਹਦਾ ਨਹੀਂ ਪਿਆ ਦੋ ਤਿੰਨ ਅੱਧਾ ਕਾਲਾ ਹੋ ਗਿਆ ਭਰਾਵਾ ਅੱਧਾ ਕਾਲਾ ਗਾ ਅੱਧਾ ਕੁ ਵਜਿਆ ਜੀ ਤੇ 35 ਪੇਜ ਹੁੰਦੇ ਆ 36 ਬਥੇਰੇ ਆ 35 ਕਿੱਥੇ ਕਾ ਥੋੜੀ ਰਹਿ ਗਈ ਹੁਣ ਤਾਂ ਉਹਦੇ ਸਰਜੀਤ ਵੀ ਭਾਣਾ ਬੰਬਲੇ ਬੈਠਾ ਸੀਗਾ ਕਹਿੰਦਾ ਯਾਰ ਇੰਨੇ ਕੀ ਰਹਿ ਗਏ ਮੈਂ ਤਾਂ ਆਪ ਘੁੰਮਣਾ ਬੰਦ ਕਰ ਦਿੱਤਾ ਮੇਰੇ ਪਾਸਪੋਰਟ ਦੇ 9 ਪੇਜ ਰਹਿ ਗਏ ਆ ਸਾਰੇ 36 ਪੇਜ ਹੁੰਦੇ ਆ ਹਜੇ ਨਵਾਂ ਪਾਸਪੋਰਟ 2021 ਚ ਬਣਾਇਆ ਸੀ ਹਜੇ 2 ਸਾਲ ਹੋਏ ਆ ਸਰ 2 ਸਾਲ ਦੇ ਵਿੱਚ 9 ਪੇਜ ਓਏ ਉਹ ਵਾਂਚੂ ਆਇਆ ਆਪਣੀ ਲਾਈਵ ਤੇ ਓਏ ਹਲੋ ਕੈਨੇਡਾ ਵਾਲਾ ਵਾਂਚੂ ਵਾਂਚੂ ਐਂਜਲ ਬਰੋ ਕਿੱਥੇ ਹੋ ਬਾਬਾ ਆ ਥੱਲੇ ਵਿੱਕੀ ਹੈ ਇੱਕ ਮਿੰਟ ਫੇਕ ਆਈਡੀ ਆ ਵਾਂਚੂ ਦੇ ਨਾਂ ਤੇ ਬਣਾਈ ਮੈਨੂੰ ਲੱਗਦਾ ਨਹੀਂ ਯਾਰ ਵਾਂਚੂ ਐਂਜਲ ਬਰੋ ਸਹੀ ਗੱਲ ਆ ਭਰਾਵਾ ਉਹ ਵੀਰੇ ਸਤਿ ਸ਼੍ਰੀ ਅਕਾਲ ਵਾਂਚੂ ਆ ਲਾਈਵ ਤੇ ਕੋਈ ਯਾਰ ਪਤਾ ਨਹੀਂ ਹੁੰਦਾ ਫੇਕ ਆਈਡੀ ਹੋਣੀ ਆ ਫੇਕ ਆਈਡੀ ਵੀ ਆ ਟਰੱਕ ਲਵਰ ਆਏ ਕੋਈ ਬੰਦਾ ਵੀ ਹੋਰ ਕੀ ਹਾਲ ਹੈ ਹੋਰ ਤੇਜਿੰਦਰ ਕੀ ਹਾਲ ਆ ਤੇਰੇ ਜਸ ਇੱਕ ਹੋਰ ਵੀ ਕੰਮ ਕਰ ਇੱਥੋਂ ਅਜ਼ਰਬੈਜਾਨ ਦੇ ਸਟਿੱਕਰ ਵੀਜ਼ੇ ਦੂਜਾ ਇਜਿਪਟ ਦੇ ਵੀਜ਼ੇ ਵੂਜ਼ੇ ਲਵਾ ਜਿਹਨਾਂ ਦੀ ਟਰੈਵਲ ਹਿਸਟਰੀ ਦਾ ਸੀਨ ਆ ਅਜ਼ਰਬੈਜਾਨ ਦਾ ਸਟਿੱਕਰ ਵੀਜ਼ਾ ਥੜੋ ਤਾਂ ਹੀ ਵੀਜ਼ਾ ਆ ਉਹਨਾਂ ਦਾ ਕੋਈ ਵੀਜ਼ਾ ਇੰਡੀਆ ਵਾਲੇ ਨਹੀਂ ਮੈਂ ਇਜਿਪਟ ਦਾ ਕਹਿਣਾ ਇਜਿਪਟ ਅਜ਼ਰਬੈਜਾਨ ਨਿਕਲ ਗਿਆ ਇਜਿਪਟ ਦਾ ਸਟਿੱਕਰ ਵੀਜ਼ਾ ਲੱਗਦਾ ਜਿੱਥੇ ਤਕੋਨੀਆਂ ਟ੍ਰਾਇੰਗਲ ਜਿੱਥੇ ਉਹ ਬਿਲਡਿੰਗਾਂ ਆਈਆਂ ਹੋਈਆਂ ਪੈਰਾਮਿਡ ਜੀ ਆਹੋ ਪੈਰਾਮਿਡ 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 ਤਕੋਨੀ ਇਜਿਪਟ ਦਾ ਉਥੋਂ ਦਾ ਵੀਜ਼ਾ ਉੱਥੇ ਹੈ ਵੀ ਲਾਗੇ ਟਰੈਵਲ ਪਲੈਨ ਵੀ ਥੋੜ੍ਹਿਆਂ ਜਿਹੇ ਹੋ ਜਾਣਾ ਅਤੇ ਉੱਥੇ ਆਪਾਂ ਇੱਕ ਦੋ ਬੰਦੇ ਭੇਜਣੇ ਆ ਜਵਾਨ ਜੇ ਅਤੇ ਉੱਥੇ ਫੜ ਕੇ ਜਿਹੜੇ ਮਤਲਬ ਉੱਤੋਂ ਉੱਪਰਲਾ ਪੱਥਰ ਲਾ ਕੇ ਲਿਆਉਣਾ ਉਹਨਾਂ ਨੇ ਜਿਹੜਾ ਕੋਨੇ 'ਤੇ ਲੱਗਾ ਬਾ ਉੱਥੇ ਗਾਣਾ ਹੀ ਗਾਉਣਾ ਜਿੰਗਾ ਲਾਲਾ ਊਹ ਵਾਲਾ ਇੱਕ ਆ ਬਰੋ ਆਈ ਵਾਂਟ ਟੂ ਟਾਕ ਟੂ ਯੂ ਸਾਰੇ ਭਾਅ ਜੀ ਵਧੀਆ ਗੱਲ ਕਰਦੇ ਨੇ ਜੀ ਬਹੁਤ ਮੈਨੂੰ ਗਰੁੱਪ 'ਚ ਆ ਕੇ ਮਜ਼ਾ ਆ ਗਿਆ ਧੰਨਵਾਦ ਵੀਰੇ ਇੰਟੈਲੀਜੈਂਟ ਬੰਦਾ ਭਰਾ ਆਪਣਾ ਗੱਲ ਕਰ ਲਹਿਰ ਲਈ ਦੀ ਇੱਥੇ
ਕਰਨਾ ਵੀਰੇ ਗੱਲ ਕੋਈ ਛੱਪ ਨਾ ਕੱਢਦੀ ਪਰ ਮੈਨੂੰ ਤਾਂ ਮੈਸੇਜ ਕਰ ਲਈ ਇੰਸਟਾਗ੍ਰਾਮ ਤੇ ਲਾਈਵ ਹੁਣ ਵੀ 10 ਮਿੰਟ ਹੋਰ ਆ 10 ਮਿੰਟ ਜਾਵੇ 5:30 ਹੋ ਗਿਆ ਸਾਢੇ 9 ਹੋ ਗਏ ਤੇ ਸਵੇਰ ਨੂੰ ਉੱਠਣਾ ਹੈ ਮੈਨੂੰ ਤਾਂ ਆਪਣਾ ਸਵੇਰ ਹੀ ਘੇਰ ਕੇ ਖੜ ਜਾਂਦਾ ਪਤਾ ਇਹ ਪਤਾ ਕਿ ਆਪਾਂ ਤਰਸੇਵ ਨੂੰ ਰੌਲਾ ਪਾਉਣ ਲੱਗ ਜਾਂਦਾ ਵੀ ਉਹ ਕਿੱਥੇ ਹੈਗਾ ਮੈਥੋਂ ਕਿਹੜਾ ਕੰਮ ਨਹੀਂ ਸ਼ੁਰੂ ਪਰ ਹੁਣ ਨਹੀਂ ਹੁਣ ਤਾਂ ਭੁੱਲਰ ਆ ਗਿਆ ਪਰ ਮੈਂ ਤਾਂ ਭੁੱਲ ਹੀ ਗਿਆ ਸੀਗੇ ਭੁੱਲਰ ਆ ਗਿਆ ਇਹਦੀ ਮਹੀਨਾ ਗਏ ਸੀ ਬਹੁਤ ਮੱਤ ਮਾਰੀ ਉਹਨੇ ਬਹੁਤ ਲਹੂ ਪੀਤਾ ਬਾਬਾ ਬਹੁਤ ਲਹੂ ਪੀਤਾ ਹੁਣ ਭੁੱਲਰ ਆ ਗਿਆ ਮੈਂ ਕਿਹਾ ਹੱਥ ਬੰਨੇ ਮੈਂ ਤਾਂ ਮੈਂ ਸ਼ੁਕਰ ਆ ਭੁੱਲਰ ਆ ਗਿਆ ਚੱਲ ਠੀਕ ਆ ਜਸ ਵੀਰੇ ਮੈਨੂੰ ਵੀ ਹੈ ਮੈਂ ਵੀ ਮਾੜਾ ਜਿਹਾ ਜਾਣਾ ਕੰਮ ਵਾਸ਼ਰੂਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਬਾਗੜ ਬਿੱਲਾ ਜੀ ਤੁਸੀਂ ਆਪਦਾ ਕਰੋ ਹੱਲ ਠੀਕ ਹੈ ਹੌਲੀ ਹੌਲੀ ਤੇ ਹੁਣ ਤੋਂ ਕੰਮ ਸ਼ੁਰੂ ਕਰੋਗੇ ਤੇ ਨਾਲੇ ਜਿੰਨੇ ਹੋਰ ਵੀ ਲੋਕ ਇੱਥੇ ਬੈਠੇ ਆ ਵੀ ਜੇ ਇਹਨਾਂ ਨੇ ਕੋਈ ਹੈਗਾ ਪਲਾਨ ਸ਼ਾਨਗਨ ਦਾ ਆਪਣੀ ਬੈਂਕ ਸਟੇਟਮੈਂਟ ਵੀ ਨਾਲੋ ਨਾਲ ਮੈਨੇਜ ਕਰੋ ਠੀਕ ਆ ਪੇਪਰ ਬਣ ਜਾਂਦੇ ਆ ਬੈਂਕ ਸਟੇਟਮੈਂਟ ਨਹੀਂ ਬਣਦੀ ਆਪਣਾ ਬੈਲੈਂਸ ਵੀ ਥੋੜ੍ਹਾ ਸੇਵ ਕਰੋ 10-15,000 ਰੁਪਇਆ ਬੈਂਕ ਬੈਲੈਂਸ ਇਕੱਠਾ ਕਰੋ ਫਿਰ ਅੱਜ ਤੋਂ ਸ਼ੁਰੂ ਕਰੋਗੇ ਤੇ ਫਿਰ ਹੀ ਆ ਤੁਹਾਡਾ ਕਿਉਂ ਦੱਸ ਭਾਜੀ ਬਾਕੀ ਪੇਪਰ ਬਣ ਜਾਂਦੀ ਹੈ ਬੈਂਕ ਸਟੇਟਮੈਂਟ ਹਾਂ ਉਸ ਕਰਕੇ ਤੁਸੀਂ ਅੱਜ ਤੋਂ ਆਪਣਾ ਪਲਾਨ ਸ਼ੁਰੂ ਕਰੋ ਥੋੜਾ ਟਰੈਵਲ ਕਰਨਾ ਸ਼ੁਰੂ ਕਰੋ ਅਰਾਊਂਡ ਰਮਾਨੀਆ ਜਿਹੜੀਆਂ ਥੋੜੀਆਂ ਚੀਪੈਸਟ ਕੰਟਰੀਆਂ ਹੈਗੀਆਂ ਬਲਗਾਰੀਆ ਬਈ ਠੀਕ ਆ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਤੇ ਸਰਬੀਆ ਤਿਮੀਸ਼ੋਰ ਵਾਲੇ ਵਾਲਿਆਂ ਨੂੰ ਸਰਬੀਆ ਲੱਗ ਗਿਆ ਹਾਂ ਬਾਕੀ ਜਿਹੜਾ ਕੋਈ ਇੱਥੇ ਫੈਮਿਲੀ ਨਾਲ ਆ ਉਹ ਚੁੱਪ ਕਰਕੇ ਜਪਾਨ ਦਾ ਵੀਜ਼ਾ ਅਪਲਾਈ ਕਰ ਲਵੇ ਉੱਥੇ ਜਾ ਕੇ ਬਥੇਰਾ ਪੈਸੇ ਇੱਥੇ ਜਿਹੜਾ ਨਹੀਂ ਸੈੱਟ ਹੈਗਾ ਕੰਮ ਨਾਲੇ ਜਪਾਨ ਦਾ ਪਾਸਪੋਰਟ ਦੁਨੀਆਂ ਦੇ ਨੰਬਰ 1 ਪਾਸਪੋਰਟ ਜਪਾਨ ਦੇ ਵਿੱਚ ਜਿਹੜਾ ਬੰਦਾ ਵਰਕ ਪਰਮਿਟ ਮਿਲ ਗਿਆ ਤੇ ਉਹ ਜਪਾਨ ਤੋਂ ਗਾਂ ਭਾਵੇਂ ਅਮਰੀਕਾ ਕੈਨੇਡਾ ਵੀ ਨਿਕਲ ਸਕਦਾ ਬਾਕੀ ਦੱਸ ਭਾਜੀ ਸਮਝ ਗਿਆ ਗੱਲਬਾਤ ਸਾਰੀ ਇਹਨੂੰ ਪਤਾ ਵਾ ਸਾਰਾ ਇਹਨੂੰ ਕੋਈ ਹੈਗਾ ਜਪਾਨ ਦਾ ਵੀਜ਼ਾ ਨਹੀਂ ਕੋਈ ਹੈਗਾ ਜਪਾਨ ਦਾ ਵੀਜ਼ਾ ਨਾ ਇਹਨੂੰ ਪਤਾ ਇਹ ਤਾਂ ਪੜ੍ਹ ਲਿਖ ਲੈਂਦਾ ਔਨਲਾਈਨ ਚੈੱਕ ਕਰ ਲੈਂਦਾ ਸਹੀ ਆ ਹਾਂ ਚਲੋ ਠੀਕ ਆ ਬਾਬਾ ਓਕੇ ਜੀ ਓਕੇ ਸਾਰਿਆਂ ਨੂੰ ਗੁੱਡ ਨਾਈਟ ਸਤਿ ਸ੍ਰੀ ਅਕਾਲ ਜੀ ਓਮ ਬਰਾ ਵੀ ਸਾਰੇ ਓਕੇ ਜੀ।